ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 21 ਮਈ ਹੈ ਦਿਨ ਮੰਗਲਵਾਰ ਹੈ ਨਾਨਕਸ਼ਹੀ ਸੰਮਤ 556 ਦੇ ਮੁਤਾਬਿਕ ਅੱਜ 8 ਜੇਠ ਹੋ ਗਿਆ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਨੇ 24 ਮਈ ਤੱਕ ਪੰਜਾਬ ਸਮੇਤ ਚੰਡੀਗੜ੍ਹ ਅਤੇ ਹਰਿਆਣਾ ਦੇ ਵਿੱਚ ਤੱਤੀਆਂ ਹਵਾਵਾਂ ਚੱਲਣ ਦਾ ਯਾਨਕੀ ਲੂ ਦਾ ਰੈੱਡ ਅਲਰਟ ਜਾਰੀ ਕੀਤਾ ਹੈ ਦਿਨ ਦਾ ਤਾਪਮਾਨ ਹੁਣ ਕਈ ਥਾਵਾਂ ਤੇ 47 ਡਿਗਰੀ ਤੱਕ ਪਹੁੰਚ ਗਿਆ ਹੈ ਮੌਸਮ ਵਿਭਾਗ ਮੁਤਾਬਕ ਪਿਛਲੇ ਸਾਲ 20 ਮਈ ਦੇ ਮੁਕਾਬਲੇ ਇਸ ਸਾਲ ਕੱਲ ਵਾਲੀ 20 ਮਈ ਦਾ ਤਾਪਮਾਨ 5 ਡਿਗਰੀ ਵੱਧ ਰਿਹਾ ਬਠਿੰਡੇ ਵਿੱਚ ਸਭ ਤੋਂ ਵੱਧ 47 ਡਿਗਰੀ ਤਾਪਮਾਨ ਰਿਹਾ ਜਦਕਿ ਪਟਿਆਲਾ ਤੇ ਪਠਾਨਕੋਟ ਵਿੱਚ 45 ਡਿਗਰੀ ਤੇ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਮੌਨ 44 ਡਿਗਰੀ ਦੇ ਹੱਪ ਪੰਜਾਬ ਦੇ ਵਿੱਚ ਕੱਲ ਤੜਕੇ ਦਾ ਤਾਪਮਾਨ ਵੀ 1 ਡਿਗਰੀ ਵੱਧ ਗਿਆ ਹੈ ਸਭ ਤੋਂ ਵੱਧ ਤੜਕੇ ਤੜਕੇ ਚੰਡੀਗੜ੍ਹ ਵਿੱਚ 30 ਡਿਗਰੀ ਰਿਹਾ ਰੂਪਨਗਰ ਦਾ ਸਭ ਤੋਂ ਘੱਟ 25 ਡਿਗਰੀ ਰਿਹਾ। ਇਹੀ ਹਾਲ ਗੁਆਂਢੀ ਸੂਬੇ ਹਰਿਆਣਾ ਦਾ ਹੈ ਮੇਵਾਤ ਵਿੱਚ ਸਭ ਤੋਂ ਵੱਧ 47.2 ਡਿਗਰੀ ਤਾਪਮਾਨ ਰਿਹਾ ਤੇ ਬਾਕੀ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 44 ਤੋਂ 45 ਡਿਗਰੀ ਤੱਕ ਰਿਹਾ। ਜਿੱਦ ਸੀ ਗਰਮੀਆਂ ਤੋਂ ਬਚਣ ਲਈ ਹਿਮਾਚਲ ਜਾਣ ਦੀ ਸੋਚ ਰਹੀ ਹਾਂ ਤਾਂ ਉੱਥੇ ਵੀ ਸੱਤ ਜ਼ਿਲ੍ਹਿਆਂ ਦਾ ਤਾਪਮਨ 40 ਡਿਗਰੀ ਪਾਰ ਕਰ ਚੁੱਕਿਆ ਹੈ ਉਹਨਾਂ ਦਾ ਤਾਂ 44.2 ਡਿਗਰੀ ਤੇ ਪਹੁੰਚ ਗਿਆ ਹੈ ਇਸੇ ਤਰ੍ਹਾਂ ਰਾਜਧਾਨੀ ਦਿੱਲੀ ਦਾ ਤਾਪਮਨ 44 ਡਿਗਰੀ ਦਰਜ ਕੀਤਾ ਗਿਆ ਰਾਜਸਥਾਨ ਦੇ 23 ਜ਼ਿਲ੍ਹਿਆਂ ਦੇ ਵਿੱਚ ਗਰਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਰਾਤ ਦਾ ਤਾਪਮਨ ਵੀ 35 ਡਿਗਰੀ ਪਾਰ ਕਰ ਗਿਆ 18 ਜ਼ਿਲ੍ਹਿਆਂ ਦਾ ਦਿਨ ਦਾ ਤਾਪਮਨ 45 ਤੋਂ ਵੱਧ ਹੋ ਗਿਆ ਹੈ ਮੱਧ ਪ੍ਰਦੇਸ਼ ਵਿੱਚ ਰਾਜਸਥਾਨ ਤੋਂ ਵੱਧ 47 ਡਿਗਰੀ ਤਾਪਮਨ ਦਰਜ ਕੀਤਾ ਗਿਆ ਗਰਮੀ ਦੇ ਕਹਿਰ ਕਰਕੇ ਪੰਜਾਬ ਦੇ ਸਕੂਲਾਂ ਦੇ ਵਿੱਚ ਅੱਜ ਤੋਂ ਛੁੱਟੀਆਂ ਰਹਿਣਗੀਆਂ ਪਹਿਲਾਂ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਨੇ 1 ਜੂਨ ਤੋਂ ਲੈ ਕੇ 30 ਜੂਨ ਤੱਕ ਗਰਮੀਆਂ ਦੀਆਂ ਸਾਲਾਨਾ ਛੁੱਟੀਆਂ ਦਾ ਐਲਾਨ ਕੀਤਾ ਸੀ ਪਰ ਹੁਣ ਇਹਨਾਂ ਨੂੰ ਵਧਾ ਕੇ ਅੱਜ ਤੋਂ ਕਰ ਦਿੱਤਾ ਗਿਆ ਯਾਨੀ ਕਿ 21 ਮਈ ਤੋਂ ਲੈ ਕੇ 30 ਜੂਨ ਤੱਕ ਹੁਣ ਪੰਜਾਬ ਦੇ ਸਾਰੇ ਸਕੂਲ ਬੰਦ ਰਹਿਣਗੇ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਰਕਾਰ ਕਾਰਵਾਈ ਕਰੇਗੀ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਕੱਲ ਯਾਨੀ ਕਿ 20 ਮਈ ਤੋਂ ਸਕੂਲਾਂ ਦਾ ਸਮਾਂ ਵੀ ਬਦਲ ਦਿੱਤਾ ਸੀ ਤੜਕੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲਾਂ ਦਾ ਸਮਾਂ ਕਰ ਦਿੱਤਾ ਸੀ ਸਾਰੇ ਸਰਕਾਰੀ ਸਕੂਲ ਤੇ ਹੋਰ ਬਹੁਤ ਸਾਰੇ ਨਿੱਜੀ ਏਡਡ ਪ੍ਰਾਈਵੇਟ ਸਕੂਲ ਨੇ ਜਿਹੜੇ ਉਹ ਵੀ ਪਾਲਣਾ ਕਰਦੇ ਹੋਏ 7 ਵਜੇ ਲੱਗੇ ਤੇ 12 ਵਜੇ ਬੰਦ ਹੋ ਗਏ ਪਰ ਕਈ ਥਾਵਾਂ ਤੋਂ ਜਿਹੜੀਆਂ ਖਬਰਾਂ ਵੀ ਸੁਣਨ ਨੂੰ ਮਿਲੀਆਂ ਜਿੱਥੇ ਸਕੂਲ 8 ਵਜੇ ਹੀ ਲੱਗੇ ਤੇ 2 ਵਜੇ ਹੀ ਨਿਆਣਿਆਂ ਨੂੰ ਛੁੱਟੀ ਕੀਤੀ ਗਈ ਤੇ ਜਿਹੜੀਆਂ ਹੁਣ 21 ਮਈ ਤੋਂ ਲੈ ਕੇ ਅੱਜ ਤੋਂ ਲੈ ਕੇ 30 ਮਈ ਤੱਕ ਵੀ ਛੁੱਟੀਆਂ ਕੀਤੀਆਂ ਨੇ ਉਨ੍ਹਾਂ ਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਕੇਡਰ ਦੇ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਚੋਣਾਂ ਦੇ ਵਿੱਚ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਉਹ ਜ਼ਰੂਰ ਯਕੀਨੀ ਬਣਾਉਣਗੇ ਸਕੂਲਾਂ ਦੇ ਵਿੱਚ ਨਹੀਂ ਜਾਣਾ ਪਊਗਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ ਹਰਿਆਣਾ ਦੇ ਸਿੱਖਿਆ ਵਿਭਾਗ ਨੇ ਵੀ 11 ਜ਼ਿਲ੍ਹਿਆਂ ਦੇ ਵਿੱਚ ਅੱਜ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਸ੍ਰੀ ਬਿਊਟੀਫੁੱਲ ਚੰਡੀਗੜ੍ਹ ਦੇ ਸਕੂਲ ਵੀ ਕੱਲ ਬਦਲੇ ਹੋਏ ਸਮੇਂ ਮੁਤਾਬਕ ਤੜਕੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਲੱਗੇ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਫੈਸਲੇ ਦਾ ਵਿਦਿਆਰਥੀਆਂ ਮਾਪਿਆਂ ਤੇ ਅਧਿਆਪਕਾਂ ਨੇ ਸਵਾਗਤ ਕੀਤਾ ਹੈ ਦੂਸਰੀ ਪਾਸੇ ਦਾ ਕਮਿਸ਼ਨ ਫਾਰ ਪ੍ਰੋਡਕਸ਼ਨ ਆਫ ਚਾਈਲਡ ਰਾਈਟਸ ਨੇ ਮੌਦ ਰਹੀ ਗਰਮੀ ਦੌਰਾਨ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਕਈ ਸਕੂਲਾਂ ਵੱਲੋਂ ਪਾਲਣਾ ਨਾ ਕੀਤੇ ਜਾਂਦਾ ਨੋਟਿਸ ਲਿਆ ਹੈ ਸ਼ਹਿਰ ਦੇ ਕਈ ਸਕੂਲਾਂ ਨੇ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਕੇ ਪ੍ਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਸਕੂਲਾਂ 'ਚ ਸੱਦਿਆ ਹੋਇਆ ਸੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ 23 ਮਈ ਤੋਂ ਲੈ ਕੇ ਯਾਨੀ ਕਿ ਪਰਸੋਂ ਤੋਂ ਲੈ ਕੇ 28 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਨੇ ਪਰ ਕਈ ਨਿੱਜੀ ਸਕੂਲ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਜੂਨ ਤੋਂ ਹੀ ਕਰ ਰਹੇ ਨੇ ਜਿਸ ਦਾ ਕਮਿਸ਼ਨ ਦੀ ਚੇਅਰਪਰਸਨ ਨੇ ਨੋਟਿਸ ਲੈਂਦੇ ਆ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਅੱਤ ਦੀ ਗਰਮੀ ਪੈ ਰਹੀ ਹੈ ਲੂ ਵੀ ਚੱਲ ਰਹੀ ਹੈ ਤੇ ਇਹ ਸਾਰੇ ਸਕੂਲ ਵੀ ਗਰਮੀਆਂ ਦੀਆਂ ਛੁੱਟੀਆਂ 23 ਮਈ ਤੋਂ ਕਰਨੀਆਂ ਯਕੀਨੀ ਬਣਾਉਣ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਹਦਾਇਤਾਂ ਦੀ ਉਲੰਘਣਾ ਕੀਤੇ ਜਾਣ ਵਾਲੇ ਸਕੂਲਾਂ ਨੂੰ ਕਾਰਵਾਈ ਦੀ ਚਤਾਵਨੀ ਵੀ ਦਿੱਤੀ ਹੈ। ਈਰਾਨ ਦੇ ਰਾਸ਼ਪਤੀ ਇਬਰਾਹਿਮ ਰੈਸੀ ਦੀ ਹੈਲੀਕਾਪਟਰ ਹਾਦਸੇ ਵਿੱਚ ਦਰਦਨਾਕ ਜਾਨ ਚਲੇ ਜਾਣ ਤੇ ਭਾਰਤ ਸਰਕਾਰ ਨੇ ਵੀ ਇੱਕ ਦਿਨਾ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਮਰਹੂਮ ਰਾਸ਼ਪਤੀ ਇਬਰਾਹਿਮ ਰੈਸੀ ਦੀ ਜਾਨ ਜਾਣ ਤੋਂ ਬਾਅਦ ਸਨਮਾਨ ਵਜੋਂ ਅੱਜ 21 ਮਈ ਨੂੰ ਭਾਰਤ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਸੋਗ ਦੇ ਅਸਥੇ ਦੌਰਾਨ ਕੋਈ ਅਧਿਕਾਰਿਤ ਮਨੋਰੰਜਕ ਪ੍ਰੋਗਰਾਮ ਨਹੀਂ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਸ਼ਟਰਪਤੀ ਇਬਰਾਹਿਮ ਰੈਸੀ ਦੀ ਮੌਤੇ ਦੁੱਖ ਤੇ ਸਦਮਾ ਜ਼ਾਹਰ ਕੀਤਾ ਹੈ ਤੇ ਕਿਹਾ ਕਿ ਭਾਰਤ-ਇਰਾਨ ਦੋਵੱਲੇ ਸਬੰਧਾਂ ਨੂੰ ਹੋਰ ਸਾਜ਼ਗਰ ਬਣਾਉਣ ਦੇ ਵਿੱਚ ਰੈਸੀ ਨੇ ਕਾਫੀ ਅਹਿਮ ਭੂਮਿਕਾ ਨਿਭਾਈ ਸੀ ਇਬਰਾਹਿਮ ਰੈਸੀ ਦੀ ਉੱਤਰ-ਪੱਛਮੀ ਈਰਾਨ ਦੇ ਪਹਾੜੀ ਇਲਾਕੇ ਵਿੱਚ ਧੁੰਦ ਤੇ ਖਰਾਬ ਮੌਸਮ ਕਰਕੇ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਦਰਦਨਾਕ ਜਾਨ ਚਲੀ ਗਈ ਰੈਸੀ ਤੋਂ ਇਲਾਵਾ ਹੈਲੀਕਾਪਟਰ ਦੇ ਵਿੱਚ ਵਿਦੇਸ਼ ਮੰਤਰੀ ਹੁਸੈਨ ਆਮਰ ਅਬਦੁੱਲਾਹ ਤੇ ਕੁਝ ਹੋਰ ਅਧਿਕਾਰੀ ਤੇ ਸੁਰੱਖਿਆ ਕਰਮਚਾਰੀ ਸਵਾਰ ਸਨ ਹਾਦਸੇ ਦੇ ਕੁਝ ਘੰਟਿਆਂ ਬਾਅਦ ਰਾਸ਼ਟਰਪਤੀ ਰੈਸੀ ਸਨੈਸਾਰੇ ਨੇ ਦੀ ਹਾਂ ਬਰਾਮਦ ਹੋ ਗਈਆਂ ਪਤਾ ਲੱਗਿਆ ਕਿ ਰਈਸੀ ਈਰਾਨ ਦੀ ਅਜ਼ਰਬਾਈਜਾਨ ਨਾਲ ਲੱਗਦੀ ਸਰਹੱਦ ਤੇ ਇੱਕ ਡੈਮ ਦੇ ਉਦਘਾਟਨ ਲਈ ਜਾ ਰਹੇ ਸਨ ਰਈਸੀ ਤੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀ ਯੇਵ ਨੇ ਮਿਲ ਕੇ ਡੈਮ ਦਾ ਉਦਘਾਟਨ ਕਰਨਾ ਸੀ ਰੈਸੀ ਦੇ ਜਾਣ ਤੋਂ ਬਾਅਦ ਸੁਪਰੀਮ ਲੀਡਰ ਆਇਤੁੱਲਾ ਖਾਮੇਨੀ ਨੇ ਮੁਲਕ ਦੇ ਪਹਿਲੇ ਉਪਰਾਸ਼ਟਰਪਤੀ ਮੁਹੰਮਦ ਮੁਖਬਰ ਨੂੰ ਚੋਣਾਂ ਤੱਕ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ ਹੈ ਖਾਮੇਨੀ ਨੇ ਦੇਸ਼ ਦੇ ਨਾਮ ਸਨਹਿ ਵਿੱਚ ਈਰਾਨ 'ਚ 5 ਦਿਨਾਂ ਸੋਗ ਦਾ ਵੀ ਐਲਾਨ ਕੀਤਾ ਹੈ ਯਾਨੀ ਕਿ 5 ਦਿਨ ਈਰਾਨ ਦੇ ਵਿੱਚ ਸਰਕਾਰੀ ਇਮਾਰਤਾਂ ਤੇ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਤੇ ਕੋਈ ਵੀ ਮਨੋਰੰਜਕ ਪ੍ਰੋਗਰਾਮ ਨਹੀਂ ਹੋਵੇਗਾ ਤੇ ਕੋਈ ਵੀ ਵੱਡਾ ਐਲਾਨ ਨਹੀਂ ਹੋਵੇਗਾ ਸਰਹੱਦ ਤੇ ਹੈਲੀਕਾਪਟਰ ਹਾਦਸਾ ਅਜਿਹੀ ਮੌਕੇ ਹੋਇਆ ਜਦੋਂ ਇਜ਼ਰਾਈਲ ਹਮਾਸ ਨਾਲ ਜੰਗ ਕਰਕੇ ਮੱਧ ਪੂਰਬ ਦੇ ਵਿੱਚ ਤਣਾਅ ਬਣਿਆ ਹੋਇਆ ਹੈ ਰਈਸੀ ਨੇ ਹਾਲੇ ਪਿਛਲੇ ਮਹੀਨੇ ਹੀ ਮੁਲਕ ਦੇ ਸੁਪਰੀਮ ਲੀਡਰ ਆਇਤੁੱਲਾ ਖਾਮੇਨੀ ਦੀ ਅਗਵਾਈ ਵਿੱਚ ਇਜ਼ਰਾਈਲ ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਸਨ ਐਨਾ ਹੀ ਨਹੀਂ ਰਈਸੀ ਦੇ ਕਾਰਜਕਾਲ ਦੌਰਾਨ ਈਰਾਨ ਦੀ ਯੂਰੇਨੀਅਮ ਸੋਧ ਵੀ ਹਥਿਆਰ ਬਣਾਉਣ ਲਈ ਲੋੜੀਂਦੇ ਪੱਧਰ ਦੇ ਨੇੜੇ ਪਹੁੰਚ ਚੁੱਕੀ ਹੈ ਰੈਸੀ ਦੇ ਜਾਣ ਤੋਂ ਬਾਅਦ ਦੁਨੀਆ ਭਰ ਦੇ ਵੱਡੇ ਲੀਡਰਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪਾਕਿਸਤਾਨ ਦੇ ਵਿੱਚ ਵੀ ਇੱਕ ਦਿਨਾ ਸੋਗ ਦਾ ਐਲਾਨ ਕੀਤਾ ਗਿਆ ਹੈ। ਮਿਸਰ, ਜਾਰਡਨ ਦੇ ਲੀਡਰਾਂ ਸਮੇਤ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਨੇ ਵੀ ਰੈਸੀ ਦੇ ਇੰਤਕਾਲ ਤੇ ਸੰਵੇਦਨਾ ਜ਼ਾਹਰ ਕੀਤੀ ਹੈ। ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਨੇ ਕਿਹਾ ਕਿ ਉਹ ਤੇ ਉਹਨਾਂ ਦੀ ਸਰਕਾਰ ਵੱਡੇ ਸਦਮੇ ਦੇ ਵਿੱਚ ਹੈ। ਕ੍ਰੈਮਲਿਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੈਸੀ ਨੂੰ ਰੂਸ ਦਾ ਸੱਚਾ ਦੋਸਤ ਦੱਸਿਆ। ਤੁਰਕੀ ਦੇ ਰਾਸ਼ਟਰਪਤੀ ਨੇ ਵੀ ਸ਼ੋਕ ਸੁਨੇਹਾ ਭੇਜਿਆ। अमरीका तो भी प्रतिक्रिया आई है सेनेट के सीनियर डेमोक्रेट संसद मैंबर चक शूमर ने कहा कि फिलहाल यह नहीं कहा जा सकता कि हैलीकॉप्टर हादसे पीछे कोई साजिश है हाल तक अजिहा कोई सबूत नहीं मिले ये कहें एक दुर्घटना वर्गा लगता है क्योंकि उत्तर पछ्छमी ईरान बहुत खराब जिथे हैलीकॉप्टर क्रैश हो गया ਕੈਨੇਡਾ ਦੇ ਨਾਗਰਿਕਾਂ ਸਮੇਤ ਉੱਥੇ ਰਹਿੰਦੇ ਸਾਰੇ ਲੋਕਾਂ ਦੇ ਲਈ ਅਹਿਮ ਖਬਰ ਹੈ ਕਿ ਕੈਨੇਡਾ ਦੇ ਜਸਟਨ ਟਰੂਡੋ ਸਰਕਾਰ ਚੀਨੀ ਐਪ ਟਿਕਟੌਕ ਤੇ ਮੁਕੰਮਲ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਬਿਆਨਾਂ ਤੋਂ ਇਸ ਬਾਰੇ ਸੰਕੇਤ ਮਿਲ ਰਹੇ ਨੇ ਵਿਨੀਪੈਗ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਟਰੂਡੋ ਨੇ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਸਰਗਰਮੀ ਦੌਰਾਨ ਸੁਚੇਤ ਰਹਿਣ ਦੀ ਲੋੜ ਹੈ ਖੁਫੀਆ ਏਜੰਸੀ ਦੇ ਮੁਖੀ ਨੇ ਸਾਫ਼ ਤੌਰ ਤੇ ਜ਼ਿਕਰ ਕੀਤਾ ਕਿ ਟਿਕਟੌਕ ਕੈਨੇਡਾ ਵਾਸੀਆਂ ਦੇ ਲਈ ਵੱਡਾ ਖ਼ਤਰਾ ਪੈਦਾ ਕਰ ਰਿਹਾ ਹੈ ਦਿੱਲੀ ਅਤੇ ਪੰਜਾਬ ਦੇ ਵਿੱਚ ਜਿਵੇਂ-ਜਿਵੇਂ ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਨਿੱਤ ਨਵੇਂ ਬਿਆਨ ਜਾਰੀ ਹੋ ਰਹੇ ਨੇ ਹੁਣ ਕੇਂਦਰੀ ਜਾਂਚ ਏਜੰਸੀ ਈਆਈ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਦਾਵਾ ਕੀਤਾ ਹੈ ਕਿ ਦਿੱਲੀ ਤੇ ਪੰਜਾਬ ਦੇ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਟਰੀ ਐਕਟ ਯਾਨਕੀ ਐਫਸੀਆਰਏ ਦੀ ਕਥਿਤ ਉਲੰਘਣਾ ਕਰਕੇ ਵਿਦੇਸ਼ ਤੋਂ 7 ਕਰੋੜ ਰੁਪਏ ਦੇ ਫੰਡ ਹਾਸਲ ਕੀਤੇ ਨੇ ਜਿਸ ਦੀ ਜਾਂਚ ਕਰਨੀ ਬਣਦੀ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਇਹਨਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਇਹ ਬੀਜੇਪੀ ਦੀ ਇੱਕ ਹੋਰ ਨਵੀਂ ਸਾਜ਼ਿਸ਼ ਹੈ ਸੰਘੀ ਜਾਂਚ ਏਜੰਸੀ ਨੇ ਜਦ ਕੇ ਦਾਅਵਾ ਕੀਤਾ ਹੈ ਕਿ ਪੰਜਾਬ ਤੋਂ ਵਿਧਾਇਕ ਸੁਖਪਾਲ ਖੈਰਾ ਤੇ ਕੁਝ ਹੋਰ ਨਾਲ ਖਿਲਾਫ ਡਰੱਗ ਨਾਲ ਜੁੜੇ منی ਲਾਂਡਰਿੰਗ ਕੇਸ ਦੀ ਜਾਂਚ ਦੌਰਾਨ ਉਹਨਾਂ ਦੇ ਹੱਥ ਕੁਝ ਦਸਤਾਵੇਜ਼ ਤੇ ਈਮੇਲਾਂ ਲੱਗੀਆਂ ਨੇ ਜਿਸ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਵਿਦੇਸ਼ ਤੋਂ 7 ਕਰੋੜ ਦੇ ਫੰਡ ਆਮ ਆਦਮੀ ਪਾਰਟੀ ਨੇ ਹਾਸਲ ਕੀਤੇ ਨੇ ED ਨੇ ਜਾਂਚ 2021 ਵਿੱਚ ਸ਼ੁਰੂ ਕੀਤੀ ਸੀ ਖੈਰਾ ਨੂੰ ਵੀ ਉਸੇ ਸਾਲ ਗ੍ਰਿਫਤਾਰ ਕੀਤਾ ਸੀ ਖੈਰਾ ਇਸ ਵਕਤ ਹਾਲਾਂਕਿ ਕਾਂਗਰਸ ਪਾਰਟੀ ਵਿੱਚ ਨੇ ਸੂਤਰਾਂ ਮੁਤਾਬਕ ED ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਵੀ ਇਸ ਬਾਰੇ ਤਫਸੀਲ ਦੇ ਵਿੱਚ ਚਿੱਠੀ ਲਿਖੀ ਸੀ ED ਨੇ ਹਾਲ ਹੀ ਵਿੱਚ ਇਸ ਕੇਸ ਵਿੱਚ ਕੁਝ ਨਵੀਂ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਸਾਂਝੀ ਕੀਤੀ ਹੈ ਉਦਰਾ ਆਮ ਆਦਮੀ ਪਾਰਟੀ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਦਾਵਾ ਕੀਤਾ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਪੁਰਾਣੇ ਮਸਲੇ ਕੁਰੇਦ ਰਹੀ ਹੈ ਆਪ ਲੀਡਰਾਂ ਆਛੀ ਦੇ ਸੰਦੀਪ ਪਾਠਕ ਨੇ ਕਿਹਾ ਹੈ ਕਿ ਦਿੱਲੀ ਵਿੱਚ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਅਜਿहे ਕਈ ਦੋਸ਼ ਆਮ ਆਦਮੀ ਪਾਰਟੀ ਤੇ ਲੱਗਣਗੇ ਈਡੀ ਨੇ ਇਸ ਚਿੱਠੀ ਦੇ ਵਿੱਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਹ ਫੰਡ ਅਮਰੀਕਾ ਕੈਨੇਡਾ ਅਤੇ ਅਰਬ ਮੁਲਕਾਂ ਤੋਂ ਮਿਲੇ ਸਨ ਤੇ ਫੰਡ ਟਰਾਂਸਫਰ ਕਰਨ ਦੇ ਲਈ ਵੱਖ-ਵੱਖ ਦਾਨੀਆਂ ਨੇ ਇੱਕ ਪਾਸਪੋਰਟ ਨੰਬਰ ਕ੍ਰੈਡਿਟ ਕਾਰਡ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਦੀ ਵਰਤੋਂ ਕੀਤੀ ਹੈ ਜਿੱਚ ਵਿੱਚ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਸਮੇਤ ਕਈ ਲੀਡਰਾਂ ਤੇ 2016 ਦੇ ਵਿੱਚ ਕੈਨੇਡਾ ਦੇ ਵਿੱਚ ਫੰਡ ਰੇジング ਪ੍ਰੋਗਰਾਮ ਤਹਿਤ ਇਕੱਠੇ ਕੀਤੇ ਗਏ ਪੈਸੇ ਦਾ ਵਿਅਕਤੀਗਤ ਲਾਭ ਲਈ ਦੁਰਵਰਤੋਂ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ। ਐਨਾ ਹੀ ਨਹੀਂ ਇਹ ਵੀ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਨੇ ਬੁੱਕ ਆਫ ਅਕਾਊਂਟਸ ਦੇ ਵਿੱਚ ਵਸਤਵਿਕ ਦਾਨੀਆਂ ਦੀ ਪਛਾਣ ਵੀ ਛੁਪਾਈ ਸੀ ਤੇ ਹੁਣ ਈਡੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਾਲ ਦਾਨੀਆਂ ਦੇ ਵੇਰਵੇ ਸਾਂਝੇ ਕੀਤੇ ਨੇ। ਉਧਰ ਆਰਗਕਾਰੀ ਨੀਤੀ ਨਾਲ ਜੁੜੇ منی ਲਾਂਡਰਿੰਗ ਕੇਸ ਤੇ ਵਿੱਚ ED ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਆਂਇਕ ਰਿਮਾਂਡ ਦੇ ਵਿੱਚ 14 ਦਿਨਾਂ ਦੇ ਵਾਧੇ ਦੀ ਮੰਗ ਕੀਤੀ ਹੈ। ED ਨੇ ਕਿਹਾ ਕਿ ਕੇਜਰੀਵਾਲ ਇਸ ਵਕਤ ਅੰਤ੍ਰ임 ਜ਼ਮਾਨਤ ਤੇ ਹਨ ਜਦੋਂ 2 ਜੂਨ ਨੂੰ ਇਸਰੈਂਡਰ ਕਰਨ ਤਾਂ ਉਹਨਾਂ ਦੇ ਨਿਆਂਇਕ ਰਿਮਾਂਡ ਦੇ ਵਿੱਚ ਵਾਅਦਾ ਕੀਤਾ ਜਾਵੇ। ਚੋਣਾਂ ਦੇ ਇਸ ਭਖੇ ਮਾਹੌਲ ਦੇ ਵਿੱਚ ਬਲਾਤਕਾਰ ਤੇ ਕਤਲ ਦੇ ਦੋਸ਼ੀ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰੀ ਫੇਰ ਪੈਰੋਲ ਮੰਗੀ ਹੈ। ਇਸ ਵਾਰੀ ਉਸਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਪਾਈ ਹੈ ਕਿਉਂਕਿ ਪਿਛਲੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੀ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਸੀ ਕਿ ਪਵਿੱਕ ਦੇ ਵਿੱਚ ਜਦੋਂ ਵੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਵੇ ਤਾਂ ਸਾਡੀ ਇਜਾਜ਼ਤ ਤੋਂ ਬਿਨਾ ਨਾ ਦਿੱਤੀ ਜਾਵੇ ਉਸ ਵਕਤ ਅਦਾਲਤ ਨੇ ਇਹ ਵੀ ਪੁੱਛਿਆ ਸੀ ਕਿ ਜਿਵੇਂ ਤੁਸੀਂ ਵਾਰੀ-ਵਾਰੀ ਇਸ ਦੋਸ਼ੀ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਦਿੰਦੇ ਹੋ ਕੀ ਇਸੇ ਲੈਵਲ ਦੇ ਇਸੇ ਪੱਧਰ ਦੇ ਬਾਕੀ ਕੈਦੀਆਂ ਨੂੰ ਵੀ ਇਸ ਤਰ੍ਹਾਂ ਪੈਰੋਲ ਦਿੱਤੀ ਜਾਂਦੀ ਹੈ ਇਸੇ ਕਰਕੇ ਹੁਣ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਲਾਉਣੀ ਪਈ। ਦਰਅਸਲ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਮ ਰਹੀਮ ਦੀ ਪੈਰੋਲ ਦੇ ਵਿਰੋਧ ਵਿੱਚ ਕਈ ਮਹੀਨੇ ਪਹਿਲਾਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਜਿਸ ਤੇ ਸੁਣਵਾਈ ਦਰਮਿਆਨ ਅਦਾਲਤ ਨੇ ਇਹ ਟਿੱਪਣੀ ਕੀਤੀ ਸੀ ਤੇ ਹੁਣ ਜਦੋਂ ਡੇਰਾਮੁਖੀ ਹਾਈ ਕੋਰਟ ਪਹੁੰਚ ਗਿਆ ਤਾਂ ਉਸਦੀ ਅਪੀਲ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਸਮੇਤ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਜਸਟਿਸ ਜੀਐਸ ਸੰਧਵਾਲੀਆ ਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਹਰਿਆਣਾ ਸਰਕਾਰ ਨੂੰ ਪਿਛਲੇ 1 ਸਾਲ ਦੇ ਵਿੱਚ ਡੇਰਾ ਮੁਖੀ ਵਰਗੇ ਹੋਰ ਕਿੰਨੇ ਦੋਸ਼ੀਆਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਉਹਨਾਂ ਵਿੱਚੋਂ ਕਿੰਨਿਆਂ ਦੀ ਪੈਰੋਲ ਅਰਜ਼ੀ ਸਰਕਾਰ ਨੇ ਰੱਦ ਕੀਤੀ ਹੈ ਇਸ ਸਬੰਧੀ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਰਾਮ ਰਹੀਮ ਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਇਸ ਸਾਲ ਉਹਦੇ ਕੋਲ ਹਾਲੇ ਵੀ 41 ਦਿਨਾਂ ਦੀ ਪੈਰੋਲ ਜਾਂ ਫਰਲੋ ਬਚੀ ਹੋਈ ਹੈ ਤੇ ਉਹ ਇਹਦਾ ਲਾਭ ਲੈਣਾ ਚਾਹੁੰਦਾ ਹੈ। 29 ਫਰਵਰੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸਪਸ਼ਟ ਆਰਡਰ ਕੀਤਾ ਸੀ ਕਿ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਡੇਰਾ ਮੁਖੀ ਦੀ ਪੈਰੋਲ ਅਰਜ਼ੀ ਤੇ ਵਿਚਾਰ ਨਾ ਕੀਤਾ ਜਾਵੇ ਤੇ 29 ਫਰਵਰੀ ਦੀ ਹੁਕਮਾਂ ਤੇ ਸਟੇ ਹਟਾਉਣ ਦੀ ਮੰਗ ਕਰਦੇ ਹੋਏ ਰਾਮ ਰਹੀਮ ਨੇ ਦਲੀਲ ਦਿੱਤੀ ਹੈ ਕਿ ਪੈਰੋਲ ਤੇ ਫਰਲੋ ਦੇਣ ਦਾ ਮਕਸਦ ਸੁਧਾਰਾਤਮਕ ਕਿਸਮ ਦਾ ਹੈ। ਇਸ ਲਈ ਹਾਈ ਕੋਰਟ ਨੂੰ ਆਪਣੀ ਹੁਕਮਾਂ 'ਚ ਸੋਧ ਕਰਨੀ ਚਾਹੀਦੀ ਹੈ। ਸੋ ਹਾਈ ਕੋਰਟ ਨੇ ਰਾਮ ਰਹੀਮ ਦੀ ਇਸ ਅਪੀਲ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਪਹਿਲਾਂ ਜਿੱਥੇ ਹਰਿਆਣਾ ਸਰਕਾਰ ਤੋਂ ਇਹ ਜਾਣਕਾਰੀ ਮੰਗੀ ਸੀ ਕਿ ਇਹੋ ਜੇ ਕਿੰਨੇ ਹੋਰ ਦੋਸ਼ੀਆਂ ਨੂੰ ਤੁਸੀਂ ਪੈਰੋਲ ਦਿੱਤੀ ਹੈ ਉਹਦੀ ਜਾਣਕਾਰੀ ਦਿਓ ਤੇ ਹੁਣ ਇਹ ਜਾਣਕਾਰੀ ਮੰਗ ਲਈ ਹੈ ਕਿ ਇਹੋ ਜੇ ਕਿੰਨੇ ਦੋਸ਼ੀਆਂ ਦੀ ਪੈਰੋਲ ਰੱਦ ਕੀਤੀ ਹੈ ਉਹਦੀ ਜਾਣਕਾਰੀ ਦਿਓ ਪੰਜਾਬ ਦੇ ਭਗਵੰਤਬਾਨ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਘਰ-ਘਰ ਰਾਸ਼ਨ ਸਕੀਮ ਤਹਿਤ ਲਾਭਪਾਤਰੀਆਂ ਦੇ ਘਰਾਂ ਤੱਕ ਆਟਾ ਦੇਣ ਦੀ ਸਕੀਮ ਤੇ ਹੁਣ ਯੂ ਟਰਨ ਲੈ ਲਿਆ ਤੇ ਆਟਾ ਮਿਲਾਂ ਨੂੰ ਅਗਲੇ ਹੁਕਮਾਂ ਤੱਕ ਆਟਾ ਨਾ ਪੀਣ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਕਰਕੇ ਪੰਜਾਬ ਦੇ ਵਿੱਚ ਮਾਰਕਫੈਡ ਵੱਲੋਂ ਖੋਲੀਆਂ ਮਾਡਲ ਫੇਅਰ ਪ੍ਰਾਈਸ ਦੁਕਾਨਾਂ ਖਾਲੀ ਪਈਆਂ ਨੇ ਤੇ ਲੋਕ ਆਟੇ ਦੀ ਉਡੀਕ ਕਰ ਰਹੇ ਨੇ ਪਤਾ ਲੱਗਿਆ ਕਿ ਨਵੇਂ ਹੁਕਮਾਂ ਤਹਿਤ ਹੁਣ ਇਹਨਾਂ ਦੁਕਾਨਾਂ ਤੇ ਸਿਰਫ ਕਣਕ ਹੀ ਭੇਜੀ ਜਾਵੇਗੀ ਆਟਾ ਨਾਪਿੰਸ ਸੰਬੰਧੀ ਆਏ ਹੁਕਮਾਂ ਦੀ ਆਟਾ ਮਿਲਾਂ ਨੇ ਵੀ ਦੱਬੀ ਜ਼ੁਬਾਨੇ ਪੁਸ਼ਟੀ ਕੀਤੀ ਹੈ ਇਹ ਖਬਰ ਪਤਾ ਲੱਗਣ ਤੇ ਵਿਰੋਧੀ ਜ਼ਾਹਿਰ ਤੌਰ ਤੇ ਪੰਜਾਬ ਸਰਕਾਰ ਨੂੰ ਘੇਰ ਰਹੇ ਨੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਫੈਸਲੇ ਵਾਪਸ ਲੈਣ ਦਾ ਰਿਕਾਰਡ ਸ਼ਾਇਦ ਗਿਨੀਸ ਬੁੱਕ ਦੇ ਵਿੱਚ ਦਰਜ ਹੋ ਜਾਊਗਾ ਮਰਹੂਮ ਪੰਜਾਬੀ ਗਾਇਕੋ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਕਾਂਡ ਦੇ ਵਿੱਚ ਮਲਜ਼ਮਾਂ ਖਿਲਾਫ ਦੋਸ਼ ਆਇਦ ਹੋਣ ਤੋਂ ਬਾਅਦ ਪਹਿਲੀ ਪੇਸ਼ੀ ਤੇ ਦੋ ਮੁੱਖ ਸਰਕਾਰੀ ਗਵਾਹ ਪਹੁੰਚੇ ਹੀ ਨਹੀਂ ਕੱਲ ਸੋਮਵਾਰ ਨੂੰ ਸੁਣਵਾਈ ਦੌਰਾਨ ਇਹਨਾਂ ਦੇ ਬਿਆਨ ਦਰਜ ਹੋਣੇ ਸੀ ਮਾਨਸਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਐਚਐਸ ਗਰੇਵਾਲ ਦੀ ਅਦਾਲਤ ਨੇ ਪਿਛਲੀ ਸੁਣਵਾਈ ਦੇ ਵਿੱਚ 24 ਮਹੀਨਿਆਂ ਬਾਅਦ ਯਾਨਕਿ ਕਰੀਬ 2 ਸਾਲਾਂ ਬਾਅਦ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਤੇ ਜੱਗੂ ਸਮੇਤ ਸਾਈ ਦੋਸ਼ੀਆਂ ਖਿਲਾਫ ਦੋਸ਼ ਆਇਦ ਕੀਤੇ ਸਨ ਇਹ ਅਦਾਲਤ ਨੇ ਇਸਤਗਾਸਾ ਧਿਰ ਦੇ ਗਵਾਹਾਂ ਦੇ ਬਿਆਨ ਦਰਜ ਕਰਨ ਦਾ ਹੁਕਮ ਦਿੰਦਿਆਂ 20 ਮਈ ਨੂੰ ਤਾਲਬ ਕੀਤਾ ਸੀ ਪਰ ਕੱਲ ਇਹ ਦੋਵੇਂ ਸਰਕਾਰੀ ਗਵਾਹ ਜਿਹੜੇ ਮੁੱਖ ਸਰਕਾਰੀ ਗਵਾਹ ਨੇ ਉਹ ਪੇਸ਼ੀ ਨਹੀਂ ਹੋਏ ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ 5 ਜੁਲਾਈ ਨੂੰ ਮੁੜ ਇਹਨਾਂ ਨੂੰ ਪੇਸ਼ ਹੋਣ ਲਈ ਸੱਮਨ ਜਾਰੀ ਕੀਤੇ ਗਏ ਨੇ ਉਧਰ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲੇ ਦੇ ਕਰੀਬੀ ਦੋਸਤ ਹਰ ਸਿਮਰਨ ਸਿੰਘ ਸੰਧੂ ਨੂੰ ਸੁਰੱਖਿਆ ਉਪਲਬਧ ਕਰਵਾ ਦਿੱਤੀ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਦਾਇਰ ਆਪਣੇ ਜਵਾਬ ਵਿੱਚ ਦੱਸਿਆ ਕਿ ਸੰਧੂ ਦੀ ਜਾਨ ਨੂੰ ਖਤਰਾ ਹੈ ਫਿਲਹਾਲ 6 ਸੁਰੱਖਿਆ ਕਰਮਚਾਰੀ ਇਸ ਦੀ ਸੁਰੱਖਿਆ ਦੇ ਲਈ ਉਹਦੇ ਨਾਲ ਤਾਇਨਾਤ ਕੀਤੇ ਗਏ ਨੇ ਹਾਲੇ ਵੀ ਸੰਧੂ ਦੀ ਸੁਰੱਖਿਆ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਹਰ ਸਿਮਰਨ ਸਿੰਘ ਸੰਧੂ ਪੰਜਾਬ ਦੇ ਸਹਾਇਕ ਏਜੀਵੀ ਰਹਿ ਚੁੱਕੇ ਨੇ ਸੰਧੂ ਨੇ 2022 ਦੇ ਵਿੱਚ ਜਿਸ ਦਿਨ ਸਿੱਧੂ ਮੂਸੇਵਾਲੇ ਦਾ ਖਾਤਮਾ ਕੀਤਾ ਗਿਆ ਸੀ ਉਸ ਉਸ ਤੋਂ ਬਾਅਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ ਦੱਸਿਆ ਸੀ ਕਿ ਉਹਨੂੰ ਵੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਤੋਂ ਧਮਕੀਆਂ ਮਿਲ ਰਹੀਆਂ ਨੇ ਉਦੋਂ ਵੀ ਹਾਈ ਕੋਰਟ ਨੇ ਸੰਧੂ ਦੀ ਸੁਰੱਖਿਆ ਜਕੀਨੀ ਬਣਾਉਣ ਦੇ ਹੁਕਮ ਦਿੱਤੇ ਸਨ ਤੇ ਹਾਲੇ ਵੀ ਇਹਨਾਂ ਦੋਵਾਂ ਗੈਂਗਸਟਰਾਂ ਤੋਂ ਸੰਧੂ ਨੂੰ ਧਮਕੀਆਂ ਮਿਲ ਰਹੀਆਂ ਨੇ ਜਿਸ ਦੀ ਪੁਸ਼ਟੀ ਤੋਂ ਬਾਅਦ ਹੀ ਉਸ ਨੂੰ ਸੁਰੱਖਿਆ ਦਿੱਤੀ ਗਈ ਹੈ ਚੋਣ ਦੰਗਲ ਦੀਆਂ ਵੱਡੀਆਂ ਖਬਰਾਂ ਦੀ ਗੱਲ ਕਰ ਲਈਏ ਤਾਂ ਇਸ ਵਕਤ ਪੰਜਾਬ ਦੇ ਨਾਲ-ਨਾਲ ਦਿੱਲੀ ਦੇ ਵਿੱਚ ਚੋਣਾਂ ਦਾ ਮਾਹੌਲ ਪੂਰਾ ਗਰਮ ਹੈ ਪੰਜ ģੇੜਾਂ ਦੀਆਂ ਵੋਟਾਂ ਪੈ ਚੁੱਕੀਆਂ ਨੇ ਦੋ ģੇੜਾਂ ਦੀਆਂ ਵੋਟਾਂ ਰਹਿ ਗਈਆਂ ਨੇ ਛੇਵਾਂ ģੇੜ 25 ਮਈ ਨੂੰ ਹੋਏਗਾ ਜਿਸ ਦਿਨ ਦਿੱਲੀ ਵਿੱਚ ਵੋਟਾਂ ਵੋਟਾਂ ਪੈਣਗੀਆਂ ਤੇ ਸੱਤਵਾਂ ਤੇ ਆਖਰੀ ģੇੜ 1 ਜੂਨ ਨੂੰ ਹੋਵੇਗਾ ਜਿਸ ਵਿੱਚ ਪੰਜਾਬ 'ਚ ਵੀ ਵੋਟਾਂ ਪੈਣਗੀਆਂ ਸੋ ਦਿੱਲੀ ਤੇ ਪੰਜਾਬ ਦੇ ਵਿੱਚ ਵੋਟਾਂ ਦਾ ਕਾਊਂਟਡਾਊਨ ਹੁਣ ਸ਼ੁਰੂ ਹੋ ਚੁੱਕਿਆ ਹੈ ਤੇ ਲੀਡਰਾਂ ਦਾ ਉਮੀਦਵਾਰਾਂ ਦਾ ਇਸ ਵਕਤ ਮਕਸਦ ਇੱਕੋ ਇੱਕ ਹੈ ਕਿ ਉਹ ਕਿਸੇ ਵੀ ਵੋਟਰ ਤੱਕ ਪਹੁੰਚਣ ਤੋਂ ਰਹਿ ਨਾ ਜਾਣ ਇਸ ਕਰਕੇ ਸਵੇਰ ਤੋਂ ਲੈ ਕੇ ਰਾਤ ਤੱਕ ਲੀਡਰ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਜੁਟੇ ਰਹਿੰਦੇ ਨੇ ਭਾਵੇਂ ਕਿ ਗਰਮੀ ਕਹਿਰਾਂ ਦੀ ਪੈ ਰਹੀ ਹੈ ਆਮ ਹਾਲਾਤਾਂ ਦੇ ਵਿੱਚ ਐਨੀ ਗਰਮੀ ਦੇ ਮੌਸਮ ਵਿੱਚ ਜਾਂ ਤਾਂ ਸਿਆਸਤਦਾਨ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਏਸੀ 'ਚ ਬੈਠੇ ਦਿਖਾਈ ਦੇਣਗੇ ਜਾਂ ਫਿਰ ਪਹਾੜਾਂ ਦੇ ਵਿੱਚ ਘੁੰਮਦੇ ਦਿਖਾਈ ਦਿੰਦੇ ਹੁੰਦੇ ਨੇ ਪਰ ਐਤਕੀ ਉਹਨਾਂ ਦੀ ਮਜਬੂਰੀ ਹੈ ਵੋਟਾਂ ਮੰਗਣ ਲਈ ਜਾਣਾ ਤਾਂ ਪੈਣਾ ਹੀ ਹੈ ਕੱਲ ਚੋਣਾਂ ਦੇ ਪੰਜਵੇਂ ਗੇੜ ਦੇ ਵਿੱਚ 59% ਮਤਦਾਨ ਦਰਜ ਕੀਤਾ ਗਿਆ ਹੈ ਛੇ ਸੂਬਿਆਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ਦੇ ਲਈ ਕੱਲ ਤੜਕੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ VOTING ਹੋਈ ਤੇ ਪੱਛਮੀ ਬੰਗਾਲ ਦੇ ਵਿੱਚ ਹਿੰਸਾ ਦੀਆਂ ਇਕਾ ਦੁਕਾ ਘਟਨਾਵਾਂ ਦਰਜ ਕੀਤੀਆਂ ਗਈਆਂ ਨਾਲ ਲੱਗਦੇ ਸੂਬੇ ਉੜੀਸਾ ਦੇ ਵਿੱਚ ਵੀ ਕੁਝ ਪੋਲਿੰਗ ਬੂਥਾਂ ਤੇ EVM ਦੇ ਵਿੱਚ ਤਕਨੀਕੀ ਨੁਕਸਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਘੱਟ 53.51% ਤੇ ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਵੱਧ VOTING 73.14% ਦਰਜ ਕੀਤੀ ਗਈ। 5ਵੇਂ ਗੇੜ ਦੀਆਂ ਵੋਟਾਂ ਦੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਰਾਜਨਾਥ ਸਿੰਘ, ਪਿਊਸ਼ ਗੋਇਲ ਤੇ ਸਮ੍ਰਿਤੀ ਇਰਾਨੀ ਸਮੇਤ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਵਰਗੇ ਵੱਡੇ ਲੀਡਰਾਂ ਦੀ ਕਿਸਮਤ ਵੀ EVM ਚ ਬੰਦ ਹੋ ਗਈ ਹੈ। ਪੰਜਵੇਂ ਗੇੜ ਤੋਂ ਬਾਅਦ ਲੋਕ ਸਭਾ ਦੀਆਂ 428 ਸੀਟਾਂ ਦੇ ਲਈ VOTING ਦਾ ਅਮਲ ਨਿਭੜ ਗਿਆ ਹੈ ਹੁਣ ਛੇਵੇਂ ਤੇ ਸੱਤਵੇਂ ਗੇੜ ਲਈ 25 ਮਈ ਤੇ 1 ਜੂਨ ਨੂੰ ਵੋਟਾਂ ਪੈਣਗੀਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਯਾਨੀ ਕਿ ਮਹਿਸ 13-14 ਦਿਨਾਂ ਬਾਅਦ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਦੇਸ਼ ਦੇ ਵਿੱਚ ਕਿਹਦੀ ਸਰਕਾਰ ਬਣਨੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਕਤ ਕੁਝ 49 ਟੀਵੀ ਚੈਨਲਾਂ ਨੂੰ ਇੰਟਰਵਿਊ ਦੇ ਰਹੇ ਨੇ ਤੇ ਇੰਟਰਵਿਊ ਦੇ ਵਿੱਚ ਜਿਹੜੇ ਉਹ ਦਾਅਵੇ ਕਰ ਰਹੇ ਨੇ ਉਸ ਦੇ ਵਿਰੁੱਧ ਦੀ ਤਰ੍ਹਾਂ ਸਵਾਲ ਚੁੱਕ ਰਹੀਆਂ ਨੇ ਤਾਜ਼ਾ ਏਐਨਆਈ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਮੈਂ ਘੱਟ ਗਿਣਤੀਆਂ ਦੇ ਖਿਲਾਫ ਕਦੇ ਵੀ ਕੁਝ ਨਹੀਂ ਬੋਲਿਆ ਉਹਨਾਂ ਕਿਹਾ ਕਿ ਈਡੀ ਤੇ ਸੀਬੀਆਈ ਵੀ ਬਿਨਾਂ ਕਿਸੇ ਦਖਲ ਦੇ ਭਾਰਤ ਦੇ ਵਿੱਚ ਕੰਮ ਕਰ ਰਹੀਆਂ ਨੇ ਮੋਦੀ ਨੇ ਫਿਰ ਦੁਹਰਾਇਆ ਕਿ ਸਾਂਝਾ ਸਿਵਲ ਕੋਡ ਤੇ ਇੱਕ ਦੇਸ਼ ਇੱਕ ਜੋਨ ਚੋਣ ਦਾ ਵਾਅਦਾ ਅਸੀਂ ਪੂਰਾ ਕਰਾਂਗੇ ਦੂਸਰੇ ਪਾਸੇ ਵਿਰੋਧੀ ਧਿਰ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤਾਂ ਮੁਸਲਮਾਨਾਂ ਦੇ ਖਿਲਾਫ ਹਰ ਮੰਚ ਤੇ ਨਫ਼ਰਤ ਭਰਿਆ ਭਾਸ਼ਣ ਦਿੰਦੇ ਨੇ ਹੁਣ ਪਾਰ ਦੇ ਵੱਡੇ ਕੌਮੀ ਲੀਡਰ ਪੰਜਾਬ ਦੇ ਵਿੱਚ ਚੋਣ ਅਖਾੜਾ ਪਖਾਉਣਗੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੂਰਾ ਹਫਤਾ ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ ਕਾਂਗਰਸ ਦੇ ਵੱਲੋਂ 4-5 ਰੈਲੀਆਂ ਦੀ ਵਿਉਂਤ ਬਣਾਈ ਜਾ ਰਹੀ ਹੈ ਰਾਹੁਲ ਗਾਂਧੀ ਵੀ ਇੱਥੇ ਪਹੁੰਚਣਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 3 ਰੈਲੀਆਂ ਤਾਂ ਫਿਕਸ ਹੋ ਚੁੱਕੀਆਂ ਨੇ 23 ਮਈ ਨੂੰ ਪਟਿਆਲਾ ਦੇ ਵਿੱਚ ਚੋਣ ਰੈਲੀ ਹੋਵੇਗੀ ਉਸ ਤੋਂ ਬਾਅਦ 24 ਮਈ ਨੂੰ ਗੁਰਦਾਸਪੁਰ ਅਤੇ ਜਲੰਧਰ ਦੇ ਵਿੱਚ ਪੀਐਮ ਮੋਦੀ ਦੀਆਂ ਰੈਲੀਆਂ ਹੋਣਗੀਆਂ ਦੂਸਰੇ ਪਾਸੇ ਪੰਜਾਬ ਦੇ ਕਿਸਾਨ ਵੀ ਕਮਰ ਕਸੇ ਕੱਸ ਰਹੇ ਨੇ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਿਸ ਤਰੀਕੇ ਨਾਲ ਕਰਨਾ ਹੈ ਅੱਜ ਸੰਯੁਕਤ ਕਿਸਾਨ ਮੋਰਚਾ ਰਾਜੇਵਾਲ ਗਰੁੱਪ ਦੀ ਵਿਰੋਧ ਲਈ ਰਣਨੀਤੀ ਘੜਨ ਨੂੰ ਲੈ ਕੇ ਮੀਟਿੰਗ ਸੱਦੀ ਗਈ ਹੈ ਤੇ ਸ਼ੰਭੂ ਤੇ ਖਨੋਰੀ ਬਾਰਡਰਾਂ ਦੇ ਮੋਰਚਿਆਂ ਦੀ ਅਗਵਾਈ ਕਰ ਰਹੇ ਕਿਸਾਨ ਲੀਡਰਾਂ ਨੇ ਤਾਂ ਕੱਲ ਚੰਡੀਗੜ੍ਹ ਦੇ ਵਿੱਚ ਆ ਕੇ ਐਲਾਨ ਕਰ ਦਿੱਤਾ ਕਿ ਉਹ ਨਰਿੰਦਰ ਮੋਦੀ ਦੀ 23 ਮਈ ਨੂੰ ਪੰਜਾਬ ਫੇਰੀ ਦੌਰਾਨ ਉਹਨਾਂ ਦਾ ਘਿਰਾਓ ਕਰਨਗੇ ਕਿਸਾਨਾਂ ਨੇ ਸਪਸ਼ਟ ਕਿਹਾ ਕਿ ਜਿੱਥੇ-ਜਿੱਥੇ ਭਾਜਪਾ ਦੇ ਲੀਡਰਾਂ ਤੇ ਪ੍ਰਧਾਨ ਮੰਤਰੀ ਦੀ ਰੈਲੀ ਹੋਵੇਗੀ ਉਹਨਾਂ ਥਾਵਾਂ ਤੇ ਪਹੁੰਚ ਕੇ ਉਹ ਮੁਜ਼ਾਰੇ ਕਰਨਗੇ ਕੱਲ ਕਿਸਾਨਾਂ ਨੇ ਸ਼ੰਭੂ ਰੇਲਵੇ ਟਰੈਕ ਤੇ ਜਿਹੜਾ ਤਰਨਾ ਲਾਇਆ ਸੀ ਉਸ ਨੂੰ ਵੀ ਸਵਾ ਕਮੀਨੇ ਤੋਂ ਬਾਅਦ ਚੁੱਕ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਸਾਡੇ ਕਿਸਾਨ ਜਿਹੜੇ ਨੇ ਕਾਫਲਿਆਂ ਦੇ ਨਾਲ ਜਿਹੜੇ ਆ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਜਿਹੜਾ ਵਾ ਉਹ ਜਾਣਗੇ ਜਿੱਥੇ-ਜਿੱਥੇ ਵੀ ਆਉਂਗੇ ਜਿਦਾਂ-ਤਿਦਾਂ মিডিਆ ਲੋਕ ਖਬਰਾਂ ਸਾਨੂੰ ਮਿਲਣਗੇ ਆ ਉੱਥੇ-ਉੱਥੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਜਾਣਗੇ ਕਿਉਂਕਿ ਇਹ ਸਾਰੇ ਵਾਅਦੇ ਪ੍ਰਧਾਨ ਮੰਤਰੀ ਦੇ ਸੀਗੇ ਉਹਨਾਂ ਨੇ ਵਾਅਦੇ ਕੀਗੇ ਔਰ ਉਹਨਾਂ ਵਾਅਦਿਆਂ ਨੂੰ ਜਿਹੜਾ ਬਾ ਉਹ ਜਾਲ ਕਰਉਣ ਔਰ ਸਵਾਲ ਪੁੱਛਣ ਵਾਸਤੇ ਸਾਡੇ ਜਿਹੜੇ ਕਿਸਾਨ ਹਰ ਜਗ੍ਹਾ ਜਾਣ ਉਧਰ ਅਰਵਿੰਦ ਕੇਜੀਵਾਲ 25 ਮਈ ਨੂੰ ਪੰਜਾਬ ਪਹੁੰਚਣਗੇ ਤੇ 30 ਮਈ ਤੱਕ ਸੂਬੇ ਦੇ ਵਿੱਚ ਹੀ ਰਹਿਣਗੇ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਨੇ ਸੂਬੇ 'ਚ ਅਰਵਿੰਦ ਕੇਜੀਵਾਲ ਦੇ ਪ੍ਰਚਾਰ ਵਾਸਤੇ ਪ੍ਰਾਈਵੇਟ ਹੈਲੀਕਾਪਟਰ ਵੀ ਕਿਰਾਏ ਤੇ ਲੈ ਲਿਆ ਸੋ ਪੰਜਾਬ ਦੇ ਵਿੱਚ ਸਾਰੀਆਂ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਦੇ ਵੱਡੇ ਲੀਡਰ ਤਾਂ ਉਹਨਾਂ ਦੇ ਖਾਤਰ ਉਹਨਾਂ ਦੇ ਉਮੀਦਵਾਰਾਂ ਦੇ ਖਾਤਰ ਪ੍ਰਚਾਰ ਕਰਨ ਪਹੁੰਚ ਰਹੇ ਨੇ ਪਰ ਅਕਾਲੀ ਦਲ ਨੂੰ ਵੱਡੀ ਕਮੀ ਰੜਕ ਰਹੀ ਹੈ ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਹਨ ਤੇ ਦੂਸਰੇ ਪਾਸੇ ਉਹਨਾਂ ਦਾ ਭਾਜਪਾ ਦੇ ਨਾਲੋਂ ਗੱਠਚੋੜ ਵੀ ਟੁੱਟਿਆ ਹੋਇਆ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸੁਖਬੀਰ ਬਾਦਲ ਤੋਂ ਇਲਾਵਾ ਹੋਰ ਕੋਈ ਵੱਡਾ ਚਿਹਰਾ ਨਹੀਂ ਹੈ। ਮਨਪ੍ਰੀਤ ਬਾਦਲ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਹਾਲੇ ਤੱਕ ਚੋਣ ਮੈਦਾਨ ਦੇ ਵਿੱਚ ਨਹੀਂ ਰੜਕੇ ਸਕੰਦਰ ਸਿੰਘ ਮਲੂਕਾ ਵੀ ਕਹਿੰਦੇ ਦੁਬਈ ਜਾ ਕੇ ਚਮਚਮਾਉਂਦੇ ਦੇਸ਼ ਦਾ ਆਨੰਦ ਮਾਣ ਰਹੇ ਨੇ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਸਿਹਤ ਨਾ ਸਾਸ ਹੋਣ ਕਰਕੇ ਭਾਜਪਾ ਦੀ ਕਿਸੇ ਚੋਣ ਰੈਲੀ ਦੇ ਵਿੱਚ ਨਹੀਂ ਦਿਖਾਈ ਦਿੱਤੇ ਹਾਲਾਂਕਿ ਉਹਨਾਂ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਤੋਂ ਭਾਜਪਾ ਦੀ ਉਮੀਦਵਾਰ ਵੱਜੋਂ ਚੋਣ ਮੈਦਾਨ ਦੇ ਵਿੱਚ ਹੈ। ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ ਦੇ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਗੁਜਰਾਤ ਪੁਲਿਸ ਨੂੰ ਸੌਂਪੀ ਗਈ ਹੈ। ਪੀਐਮ ਮੋਦੀ ਦੀ ਪਹਿਲੀ ਰੈਲੀ ਭਾਵੇਂ 23 ਮਈ ਨੂੰ ਹੋਣੀ ਹੈ ਪਰ 19 ਮਈ ਨੂੰ ਹੀ ਗੁਜਰਾਤ ਤੋਂ ਆਧੁਨਿਕ ਹਥਿਆਰਾਂ ਨਾਲ ਲੈਸ ਭਾਰੀ ਫੋਰਸ ਜਲੰਧਰ ਪਹੁੰਚ ਚੁੱਕੀ ਹੈ। ਇਹ ਕੰਪਨੀਆਂ ਦੂਸਰੇ ਸੂਬਿਆਂ ਦੇ ਵਿੱਚ ਚੋਣਾ ਕਰਵਾਉਣ ਤੋਂ ਬਾਅਦ ਐਤਵਾਰ ਨੂੰ ਪੰਜਾਬ ਪਹੁੰਚੀਆਂ ਨੇ ਸੰਭਾਵਨਾ ਹੈ ਕਿ ਹੁਣ 4 ਜੂਨ ਤੋਂ ਬਾਅਦ ਹੀ ਵਾਪਸ ਜਾਣਗੀਆਂ। ਸੋ ਹੁਣ ਪੰਜਾਬ ਦੇ ਵਿੱਚ ਸੁਰੱਖਿਆ ਬਲਾਂ ਦੇ ਵੱਲੋਂ ਆਮ ਲੋਕਾਂ ਦੀ ਤਲਾਸ਼ੀ ਤੇ ਵਾਹਨਾਂ ਦੀ ਤਲਾਸ਼ੀ ਆਮ ਹੁੰਦੀ ਦਿਖਾਈ ਦੇਵੇਗੀ। ਇਹਨਾਂ ਕੰਪਨੀਆਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਕੀਤਾ ਗਿਆ ਹੈ। ਕਿਸਾਨਾਂ ਦੇ ਵੱਲੋਂ ਪੰਜਾਬ 'ਚ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੇ ਇਲਜ਼ਾਮ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਕਿਸਾਨਾਂ ਦੇ ਭੇਸ ਵਿੱਚ ਚੋਣਾਂ ਦਾ ਮਾਹੌਲ ਖਰਾਬ ਕਰਨ ਦੇ ਲਈ ਦਾਖਲ ਹੋ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕ੍ਰਮ ਸਿੰਘ ਮਜੀਠੀਆ ਨੇ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਨੂੰ ਚੇਤਾਵਨੀ ਦੇਣ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਬਿੱਟੂ ਪ੍ਰਦਰਸ਼ਨ ਕਰਦੇ ਕਿਸਾਨਾਂ ਨੂੰ ਧਮਕੀ ਦਿੰਦੇ ਹੋਏ ਕਹਿ ਰਹੇ ਨੇ ਕਿ ਸਰਕਾਰ ਤਾਂ ਮੋਦੀ ਦੀ ਹੀ ਬਣਨੀ ਹੈ ਫਿਰ ਤੁਸੀਂ ਕਹੋਗੇ ਕਿ ਸਾਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਂ ਕਿ ਸ਼ਰਿਆਮ ਬਿੱਟੂ ਇਸ ਦੇ ਵਿੱਚ ਕਿਸਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਣ ਦੀ ਧਮਕੀ ਦੇ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਮਜੀਠੀਆ ਨੇ ਲਿਖਿਆ ਕਿ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਜਿਹੜੇ ਸ਼ਬਦ ਵਰਤ ਰਹੇ ਨੇ ਉਸ ਦੀ ਮੈਂ ਸਖਤ ਨਿਖੇਧੀ ਸਨਾ ਚਾਹਨਾ ਹਾਂ ਕਿ ਇਹੀ ਪੰਜਾਬ ਦੇ ਕਿਸਾਨ ਦੇਸ਼ ਦੇ ਅੰਨਦਾਤੇ ਨੇ ਜੋ ਮੋਦੀ ਜੀ ਸਮੇਤ ਤੁਹਾਡਾ ਸਭ ਦਾ ਢਿੱਡ ਭਰਦੇ ਨੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਤੇ ਸਾਬਕਾ ਵਿਧਾਇਕ ਜਗਮੀਤ ਸਿੰਘ ਬਰਾੜ 12 ਸਾਲਾਂ ਦੇ ਵਿੱਚ ਚੌਥੀ ਵਾਰੀ ਪਾਰਟੀ ਬਦਲਣ ਜਾ ਰਹੇ ਨੇ ਚਰਚਾ ਹੈ ਕਿ ਹੁਣ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ 2023 ਦੇ ਵਿੱਚ ਜਲੰਧਰ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਬਰਾੜ ਸਾਹਿਬ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਨੂੰ ਟਿਕਟ ਮਿਲਣ ਤੋਂ ਬਾਅਦ ਉਹ ਪਾਰਟੀ ਤੋਂ ਨਰਾਜ਼ ਚੱਲ ਰਹੇ ਸਨ ਤੇ ਹੁਣ ਬਰਾੜ ਖੁਦ ਨੂੰ ਦਰਕ ਨਾਰ ਕੀਤੇ ਜਾਣ ਕਰਕੇ ਫਿਰ ਨਰਾਜ਼ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਸਾਈਡ ਲਾਈਨ ਕੀਤਾ ਹੋਇਆ ਹੈ ਇਸ ਤੋਂ ਪਹਿਲਾਂ ਉਹ ਅਕਾਲੀ ਦਲ ਦੇ ਵਿੱਚ ਸਨ ਤੇ ਫਿਰ ਮਨਪ੍ਰੀਤ ਬਾਦਲ ਦੀ ਪੀਪੀਪੀ ਦੇ ਵਿੱਚ ਵੀ ਸ਼ਾਮਲ ਹੋਏ ਸਨ ਉਸ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਚਲੇ ਗਏ ਸਨ ਹੁਣ ਚੌਥੀ ਵਾਰੀ ਜਗਵੀਰ ਸਿੰਘ ਪਾਰਟੀ ਬਦਲਣ ਜਾ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰਡਰ ਤੇ ਵਪਾਰ ਸ਼ੁਰੂ ਕਰਨਗੇ ਫਿਰੋਜ਼ਪੁਰ ਹਲਕੇ ਦੇ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਦੇ ਹੱਕ ਚ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਇਹ ਬਿਆਨ ਦਿੰਦਿਆਂ ਕਿਹਾ ਕਿ ਸੂਬੇ ਦੇ ਵਿੱਚ ਸਾਡੀ ਸਰਕਾਰ ਆ ਗਈ ਤਾਂ ਫਾਜ਼ਿਲਕਾ ਬਾਰਡਰ ਤੋਂ ਪਾਕਿਸਤਾਨ ਨਾਲ ਵਪਾਰ ਖੋਲਾਂਗੇ ਸਾਡੀ ਪਾਰਟੀ ਪੰਜਾਬੀਆਂ ਦੀ ਨਬਜ਼ ਪਛਾਣਦੀ ਹੈ ਇਸ ਮੌਕੇ ਸੁਖਬੀਰ ਬਾਦਲ ਨੇ ਮਾਨ ਸਰਕਾਰ ਤੇ ਵੀ ਜੰਮ ਕੇ ਨਿਸ਼ਾਨੇ ਲਾਏ ਜੰਦੀ ਨਹੀਂ ਮੈਂ ਇੱਥੇ ਬਹੁਤ ਤਰੱਕੀ ਕਰਾ ਦੇਣੀ ਸੀ ਅਸੀਂ ਤਾਂ ਹੁਣ ਲੱਗੇ ਆ ਬਾਰਡਰ ਫਾਜ਼ਿਲਕਾ ਦਾ ਖੋਲਣ ਵਾਸਤੇ ਵੀ ਸਾਡਾ ਐ ਪਾਕਿਸਤਾਨ ਖੁੱਲ ਜੇ ਇੱਥੇ ਟ੍ਰੇਡ ਵਪਾਰ ਵਾਜੇ ਆ ਤਾਂ ਖਲੂਗਾ ਜੇ ਤੁਸੀਂ ਆਪਣੇ ਇਲਾਕੇ ਦੀ ਸਰਕਾਰ ਲੈ ਕੇ ਆਉਂਗੇ ਆਪਣੇ ਜੋ ਨੇੜ ਦਾ ਤੁਸੀਂ ਬਾਦਲ ਪਰਿਵਾਰ ਨਾਲ ਹੋਰ ਕਿਤੇ ਹੋ ਸਕਦੀ ਹੈ ਜੇ ਕਾਲੀ ਦਲ ਦੀ ਸਰਕਾਰ ਹੈ ਬਾਦਲ ਪਰਿਵਾਰ ਮੁੱਖ ਮੰਤਰੀ ਬਣਦਾ ਹੈ ਇਹ ਤੋਂ ਵਧੀਆ ਤੁਹਾਡੇ ਵਾਸਤੇ ਕੀ ਹੋ ਸਕਦਾ ਹੈ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਜਿਹੜਾ ਜੀ ਕਰਦਾ ਪਿੰਡ ਆ ਕੇ ਜਿੱਥੇ ਆ ਕੇ ਬਾਹ ਫੜ ਕੇ ਟੈਲੀਫੋਨ ਕਰਾ ਲੈਂਦਾ ਹੈ ਸੰਘਰੂ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਯੂਪੀ ਤੇ ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀਆਂ ਬਾਰੇ ਜਿਹੜਾ ਬਿਆਨ ਦਿੱਤਾ ਹੈ ਉਹ ਕਿਹਾ ਕਿ ਇਹ ਲੋਕ ਪੰਜਾਬ ਤੇ ਕਬਜ਼ਾ ਕਰਕੇ ਪੰਜਾਬੀਅਤ ਨੂੰ ਖਤਮ ਕਰ ਦੇਣਗੇ ਪੰਜਾਬ ਤਾਂ ਪੰਜਾਬੀਆਂ ਦਾ ਹੈ ਇੱਥੇ ਗੈਰ ਪੰਜਾਬੀ ਯਾਨਕਿ ਦੂਸਰੇ ਜ਼ੂਬਿਆਂ ਤੋਂ ਆਉਣ ਵਾਲਿਆਂ ਨੂੰ ਵੋਟ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਨਾ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਨਾ ਹੀ ਉਹਨਾਂ ਨੂੰ ਘਰ ਬਣਾਉਣ ਦੇਣੇ ਚਾਹੀਦੇ ਨੇ ਹੁਣ ਖੈਰਾ ਨੇ ਸਪੱਸ਼ਟ ਦਿੰਦੇ ਹੋਏ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕਿਹਾ ਕਿ ਬਿਹਾਰ ਜਾਂ ਯੂਪੀ ਵਰਗੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕਾਂ ਤੇ ਪਾਬੰਦੀ ਲਾਈ ਜਾਵੇ ਕਹਿੰਦੇ ਪੰਜਾਬ ਚ ਕੰਮ ਇਥੇ ਕੰਮ ਕਰਕੇ ਉਹ ਕਮਾਈ ਕਰਦੇ ਨੇ ਮੇਰੀ ਮੰਗ ਤਾਂ ਸਿਰਫ ਹਿਮਾਚਲ ਪ੍ਰਦੇਸ਼ ਤੇ ਕੁਝ ਹੋਰ ਸੂਬਿਆਂ ਦੇ ਤਲਸਤੇ ਸਿਰਫ ਬਾਹਰੋਂ ਆਏ ਲੋਕਾਂ ਵੱਲੋਂ ਖੇਤੀ ਜ਼ਮੀਨਾਂ ਤੇ ਹੋਰ ਜਾਇਦਾਦਾਂ ਖਰੀਦਣ ਤੇ ਰੋਕ ਲਾਉਣ ਲਈ ਕਾਨੂੰਨ ਬਣਾਉਣ ਦੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਦੇ ਹਿੱਤ ਸੁਰੱਖਿਅਤ ਰੱਖੇ ਜਾ ਸਕਣ ਉਹਨਾਂ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਵੱਲੋਂ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਕਿਹਾ ਕਿ ਖੈਰਾ ਹਰੇਕ ਨਾਲ ਲੜਨਾ ਚਾਹੁੰਦੇ ਨੇ ਸਾਡੇ ਪੰਜਾਬੀ ਵੀ ਤਾਂ ਬਾਹਰ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਨੇ ਜੇ ਉਹਨਾਂ ਤੇ ਰੋਕ ਲੱਗ ਜਾਵੇ ਤਾਂ ਕੀ ਹੋਊਗਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਰ ਉਨੂੰ ਪੁੱਛਦੇ ਕਿ ਤੂੰ ਕਿੱਥੋਂ ਆਇਆ ਹੈ ਉਧਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਿ ਲੁਧਿਆਣੇ ਤੋਂ ਕਾਂਗਰਸ ਦੇ ਉਮੀਦਵਾਰ ਵੀ ਹਨ ਉਹਨਾਂ ਨੇ ਵੀ ਖੈਰਾ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਕਹਿੰਦੇ ਇਹ ਕਾਂਗਰਸ ਦੀ ਸੋਚ ਨਹੀਂ ਹੈ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਦਿਵਾੜੀ ਨੇ ਸ਼ਹਿਰ ਨੂੰ ਵੱਖਰਾ ਦਾਜਾ ਦਵਾਉਣ ਦਾ ਐਲਾਨ ਕੀਤਾ ਜਿਸ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕ੍ਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਇੱਕ ਵਾਰੀ ਫੇਰ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਮਜੀਠੀਆ ਨੇ ਇਸ ਮੁੱਦੇ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਤੇ ਸਾਰੀ ਕਾਂਗ ਦੀ ਲੀਡਰਸ਼ਿਪ ਹੁਣ ਇਸ ਬਿਆਨ ਦੇ ਉੱਤੇ ਜਵਾਬ ਦੇਵੇ ਪੰਜਾਬ ਤੇ ਪੰਜਾਬੀਆਂ ਨਾਲ ਇੱਕ ਵਾਰੀ ਫੇਰ ਤੋਂ ਧੋਖਾ ਕਿਉਂ ਪੰਜਾਬ ਆਪਣੀ ਰਾਜਤਾਨੀ ਲੈ ਕੇ ਰਹੇਗਾ ਭਾਵੇਂ ਇਸ ਵਾਸਤੇ ਜਿੰਨੀਆਂ ਮਰਜ਼ੀ ਕੁਰਬਾਨੀਆਂ ਕਿਉਂਾਂ ਦੇਣੀਆਂ ਪੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਪੰਜਾਬ ਪਹੁੰਚ ਰਹੇ ਨੇ ਉੱਥੇ ਹੀ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਵੀ ਪੰਜਾਬ ਚੋਣਾਂ ਦੇ ਵਿੱਚ ਐਂਟਰੀ ਹੋ ਗਈ ਹੈ। ਯੋਗੀ ਅਦਿੱਤਿਆਨਾਥ ਚੰਡੀਗੜ੍ਹ ਤੋਂ ਭਾਜਪਾ ਦੇ ਉਮੀਦਵਾਰ ਸੰਜੀਤ ਟੰਡਨ ਲਈ ਪ੍ਰਚਾਰ ਕਰਨ ਪਹੁੰਚੇ ਸਮਰਥਕਾਂ ਨੇ ਜੈ ਬੁਲਡੋਜ਼ਰ ਬਾਬਾ ਦੇ ਨਾਰੇ ਲਾਏ। ਯੂਪੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਚ ਮਾਫੀਆ ਜਿਹੜਾ ਰਾਜ ਹੈ ਉਹ ਜ਼ਿਆਦਾ ਵੱਧ ਗਿਆ ਹੈ। ਇਹ ਕਹਿੰਦੇ ਉਹਨਾਂ ਨੇ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਕਹਿੰਦੇ ਪੰਜਾਬ ਚ ਦੇਖੋ ਕਿਵੇਂ ਮਾਫੀਆ ਸ਼ਰਿਆਮ ਘੁੰਮਦਾ ਫਿਰਦਾ ਪਰ ਅਸੀਂ ਯੂਪੀ ਵਿੱਚ ਇਹਨਾਂ ਸਾਰਿਆਂ ਨੂੰ ਉਲਟਾ ਟੰਗ ਦਿੱਤਾ ਹੈ कर दिया टाइम यूपी ने नमाज पढ़नी भी बंद कर है। मसीता दिया तो भी हटा दाफिया और अपराधी उल्टा टांग दिया है टांग दिया सबको यूपी में आप देखते होंगे जितने दुर्दांत तो माफिया थे उन की कब्रों में कोई मरसिया पढ़ने के लिए भी नहीं बचा हुआ है कोई नहीं पढ़ता जी कोई पूछता नहीं एक कांग्रेस के लोगों के लिए अब केवल माफियाओं के लिए मातम मनाने के लिए इनको छोड़ दीजिए ये लोग नहीं लड़ पाएंगे इन माफियाओं के साथ इनके खिलाफ भाजपा लड़ेगी भाजपा और इसीलिए मैं आपसे कहने के लिए आया हूं। इस मौके योगी आदित्यनाथ ने प्रधानमंत्री नरेंद्र मोदी की जम के तारीफ कर दावा किया कि चार सौ दंकड़ा बीजेपी जरूर पार करेगी पहला काम दस दिन का चुनाव बाकी है प्रतिदिन हर मतदाता जितने लोग यहां पे आए हैं हर मतदाता तय करे कि मैं पांच घर कमल चुनाव चिन्ह के लिए पांच घर में जनसंपर्क करूंगा करेंगे दस दिन का मतलब पचास घर में कर लेंगे और चुनाव के दिन उन्हें मतदान केंद्र में ले जाना है फिर मतदान कराना है करेंगे अरे देखो मोदी जी ने पूरा जीवन देश के लिए दिया है आप 10 दिन का समय देश की खातिर दे देंगे एक अच्छी सरकार बनाने में तो देश की आवाज के साथ आप भी जुड़ जाएंगे और जो कन्हैया मित्तल कहते हैं कि जो चंडीगढ़ तो इंडिया गठजोड़ दे उम्मीदवार मनीष तिवाड़ी ने उन्होंने पैराशूट उम्मीदवार दसिया जब भी देश पर संकट आता है तो सबसे पहले देश छोड़कर के भागने वालों में राहुल गांधी का नाम आता है कहीं भी कोई संकट आ जाए यद्यपि ये देश को संकट देने वाले लोग ही हैं इन्होंने समस्या दिया इन्होंने आतंकवाद देश को दिया इन्होंने नक्सलवाद देश को दिया विरासत में इन्होंने भ्रष्टाचार देश को दिया अराजकता देश को दी और साथ साथ अव्यवस्था का जो आलम है जब भी संकट आता है वो मैं से पूछना चाहता हूं इस सदी का सबसे बड़ा संकट था कोरोना कालखंड कोरोना के दौरान कहीं राहुल गांधी नजर आए थे क्या चंडीगढ़ आए थे क्या उत्तर प्रदेश में भी नहीं आए थे उत्तर प्रदेश से सांसद थे उस समय ਬੀਜੇਪੀ ਵੱਲੋਂ ਲੰਘੇ ਸਾਲ ਸਤੰਬਰ ਦੇ ਵਿੱਚ ਅਨੁਸ਼ਾਸਨੀ ਢੰਗ ਨਾਲ ਕਾਰਵਾਈ ਕਰਦੇ ਹੋਏ ਪਾਰਟੀ ਦੀ ਸਟੇਟ ਯੂਨਿਟ ਦੇ ਵੱਲੋਂ ਤੇਜ਼ ਤਰਾਰ ਲੀਡਰ ਨਿਮਸ਼ਾ ਮਹਿਤਾ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਗੜਸ਼ੰਕਰ ਦੇ ਵਿੱਚ ਜ਼ਮੀਨੀ ਪੱਧਰ ਤੇ ਵਧੀਆ ਪ੍ਰਭਾਵ ਹੋਣ ਦੀ ਵਜ੍ਹਾ ਕਰਕੇ ਪਾਰਟੀ ਨੂੰ ਮੁੜ ਤੋਂ ਸ਼ਾਮਿਲ ਕਰਵਾਉਣਾ ਪਿਆ ਹੈ ਨਿਮਤਾ ਨਿਮਸ਼ਾ ਮਹਿਤਾ ਪਿਛਲੇ 10 ਸਾਲਾਂ ਤੋਂ ਵੀ ਵੱਧ ਲੰਬੇ ਸਮੇਂ ਤੋਂ ਗੜਸ਼ੰਕਰ ਦੇ ਵਿੱਚ ਸਰਗਰਮ ਸਨ ਭਾਜਪਾ ਨੇ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਗੜਸ਼ੰਕਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਸੀ ਪਟਿਆਲਾ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਸਾਬਕਾ ਲੀਡਰ ਮੋਨਿਕਾ ਗਰੋਵਰ ਨੇ ਪਾਰਟੀ ਛੱਡ ਕੇ ਸਾਥੀਆਂ ਸਮੇਤ ਪੰਜ ਪਾਂ ਦਾ ਪੱਲਾ ਫੜ ਲਿਆ ਹੈ ਉਹਨਾਂ ਨੇ ਪਰਿਵਾਰ ਸਮੇਤ ਕਰੀਬ 30 ਹੋਰ ਵਿਅਕਤੀਆਂ ਦੇ ਨਾਲ ਬੀਜੇਪੀ ਦੀ ਮੈਂਬਰਸ਼ਿਪ ਲਈ ਹੈ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਮੋਗਾ ਦੇ ਵਿੱਚ ਫਿਰ ਕਿਸਾਨਾਂ ਨੇ ਘੇਰ ਲਿਆ ਕਿਸਾਨਾਂ ਦਾ ਧਰਨਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੀ ਅਗਵਾਈ ਦੇ ਵਿੱਚ ਲੱਗਿਆ ਸੀ ਕਿਸਾਨਾਂ ਨੇ ਬੀਜੇਪੀ ਉਮੀਦਵਾਰ ਨੂੰ ਕਾਲੇ ਝੰਡੇ ਦਿਖਾਏ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਕਿਸਾਨਾਂ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਮੌਜੂਦ ਸੀ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਪਿੰਡਾਂ ਦੇ ਵਿੱਚ ਹੰਸ ਰਾਜ ਹੰਸ ਨੂੰ ਵੋਟਾਂ ਮੰਗਣ ਨਹੀਂ ਆਉਣ ਦੇਣਗੇ ਇਸੇ ਤਰ੍ਹਾਂ ਵਿਰੋਧ ਜਾਰੀ ਰੱਖਣਗੇ ਲੁਧਿਆਣਾ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਦਾ ਅਨੋਖਾ ਪ੍ਰਦਰਸ਼ਨ ਸਾਹਮਣੇ ਆਇਆ ਹੈ ਇਸ ਉਮੀਦਵਾਰ ਦਾ ਨਾਮ ਹੈ ਟੀਟੂ ਬਾਣੀਆਂ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋ ਟੀਟੂ ਬਾਣੀਆਂ ਨੇ ਡੀਸੀ ਦਫ਼ਤਰ ਦੇ ਬਾਹਰ ਅਨੋਖਾ ਰੋਸ ਮੁਜ਼ਾਹਰਾ ਕੀਤਾ ਟੀਟੂ ਬੋਤਲਾਂ ਦੇ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਲੈ ਕੇ ਆਇਆ ਤੇ ਫਿਰ ਉਹੀ ਪਾਣੀ ਟੀਟੂ ਨੇ ਆਪਣੇ ਸਰੀਰ ਤੇ ਪਾਇਆ ਟੀਟੂ ਨੇ ਬੀਜੇਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਤੰਜ ਕਸਦਿਆਂ ਕਿਹਾ ਕਿ ਬਿੱਟੂ ਦਾਵਾ ਕਰ ਰਿਹਾ ਹੈ ਕਿ ਉਸਨੇ ਬੁੱਢਾ ਦਰਿਆ ਦਰਿਆ ਪ੍ਰੋਜੈਕਟ ਲਾ ਕੇ ਡਰੇਨ ਦੀ ਸਫਾਈ ਕਰਵਾਈ ਹੈ ਇਸ ਲਈ ਹੁਣ ਉਹ ਉਸੇ ਡਰੇਨ ਦੇ ਸਾਫ਼ ਪਾਣੀ ਦੇ ਨਾਲ ਇਸ਼ਨਾਨ ਕਰ ਰਹੇ ਨੇ ਤੁਸੀਂ ਵੀ ਦੇਖ ਲਓ ਕਿੰਨਾ ਸਾਫ਼ ਪਾਣੀ ਹੈ ਕਹਿੰਦੇ ਪੁਰਾਣੇ ਲੀਡਰਾਂ ਨੇ ਹਮੇਸ਼ਾ ਲੋਕਾਂ ਨੂੰ ਮੂਰਖ ਬਣਾਇਆ ਹੈ ਬੁੱਢੇ ਦਰਿਆ ਤੇ 650 ਕਰੋੜ ਰੁਪਏ ਇਹਨਾਂ ਨੇ ਬਰਬਾਦ ਕਰ ਦਿੱਤੇ ਨੇ ਪਰ ਸਫਾਈ ਨਹੀਂ ਕਰਵਾਈ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਕਾਂਗਰਸ ਦੀ ਮਹਿਲਾ ਪ੍ਰਧਾਨ ਮਨੀਸ਼ਾ ਕਪੂਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਹੈ ਮਨੀਸ਼ਾ ਕਪੂਰ ਨੂੰ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਮਨੀਸ਼ਾ ਨੇ ਕਿਹਾ ਕਿ ਪੰਜਾਬ ਦੇ ਹਿੱਤ ਵਿੱਚ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰੇਗੀ ਯੂਪੀ ਦੀ ਫਰੁਖਾਬਾਦ ਲੋਕ ਸਭਾ ਸੀਟ ਦੇ ਏਟਾ ਜ਼ਿਲ੍ਹੇ ਦੇ ਵਿੱਚ ਫਰਜ਼ੀ VOTING ਵਿੱਚ ਵੱਡੀ ਕਾਰਵਾਈ ਹੋਈ ਹੈ ਪੂਰੀ ਪੋਲਿੰਗ ਪਾਰਟੀ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਬੂਥ ਤੇ ਮੋੜ ਪੋਲਿੰਗ ਦੀ ਵੀ ਸਿਫਾਰਿਸ਼ ਕੀਤੀ ਗਈ ਹੈ ਸਾਰੇ ਪੋਲਿੰਗ ਵਰਕਰਾਂ ਦੇ ਖਿਲਾਫ ਰਿਪੋਰਟ ਦਰਜ ਕਰ ਲਈ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਸਾਰਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਜ ਦਾ ਨੌਜਵਾਨ ਸਾਹਮਣੇ ਆਇਆ ਹੈ ਉਸ ਨੂੰ ਜ਼ਿਲ੍ਹਾ ਪ੍ਰੋਬੇਸ਼ਨ ਅਫਸਰ ਦੀ ਹਿਰਾਸਤ ਵਿੱਚ ਰੱਖਿਆ ਗਿਆ ਉਸ ਵੱਲੋਂ ਇੱਕ ਤੋਂ ਬਾਅਦ ਇੱਕ ਪੂਰੀਆਂ ਅੱਠ ਵੋਟਾਂ ਪਾਈਆਂ ਗਈਆਂ ਤੇ ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੀ ਇਹ ਗਲਤ ਕਾਰਵਾਈ ਦਾ ਖੁਲਾਸਾ ਹੋਇਆ ਇਸ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਮੁਖੀ ਖਿਲੇਸ਼ ਯਾਦਵ ਤੇ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਵੀਡੀਓ ਪੋਸਟ ਕੀਤਾ ਚੋਣ ਕਮਿਸ਼ਨ ਦੀ ਟੀਮ ਹਰਕਤ ਵਿੱਚ ਆਈ ਮਾਮਲਾ ਫਰੂਖ ਖਾਬਦ ਲੋਕ ਸਭਾ ਸੀਟ ਦੇ ਏਟਾ ਦੇ ਅਲੀ ਗੰਜ ਵਿਧਾਨ ਸਭਾ ਦੇ ਬੂਥ ਨੰਬਰ 343 ਪ੍ਰਾਇਮਰੀ ਸਕੂਲ ਖੀਰੀਆ ਪਮਰਾਨ ਦਾ ਹੈ ਤੇ ਇਸ ਮੁੱਦੇ ਦੀ ਗੂੰਜ ਪੰਜਾਬ ਦੇ ਵਿੱਚ ਵੀ ਪਈ ਅਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਨੇ ਵੀਡੀਓ ਸਾਂਝੀ ਕਰਦੇ ਹੋਏ ਹੈਰਾਨੀ ਜਤਾਈ ਕਿ 17 ਸਾਲ ਦੇ ਮੁੰਡੇ ਨੇ 8 ਵਾਰੀ ਸਿਰਫ ਭਾਜਪਾ ਨੂੰ ਵੋਟ ਪਾਈ ਐਨਾ ਹੀ ਨਹੀਂ ਤੇ ਉਸ ਨੇ ਵੋਟ ਪਾਉਣ ਦਾ ਵੀਡੀਓ ਵੀ ਬਣਾਇਆ ਉਹਨਾਂ ਚੋਣ ਕਮਿਸ਼ਨ ਨੂੰ ਇਸ ਦਾ ਸਖਤ ਨੋਟਿਸ ਲੈਣ ਦੀ ਅਪੀਲ ਕੀਤੀ ਜ਼ਾਹਿਰ ਤੌਰ ਤੇ ਜਦੋਂ ਅਜਿਹੀਆਂ ਕਾਰਵਾਈਆਂ ਸਾਹਮਣੇ ਆਉਂਦੀਆਂ ਨੇ ਤਾਂ ਲੋਕਾਂ ਦਾ ਵੋਟ ਪ੍ਰਕਿਰਿਆ ਦੇ ਵਿੱਚ ਉਹ ਵਿਸ਼ਵਾਸ ਉੱਠ ਜਾਂਦਾ ਹੈ ਸ਼ੰਭੂ ਰੇਲਵੇ ਟਰੈਕ ਤੇ ਪਿਛਲੇ 1 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਲੱਗਿਆ ਧਰਨਾ ਕਿਸਾਨਾਂ ਨੇ ਖਤਮ ਕਰ ਦਿੱਤਾ ਹੈ ਇਸ ਦਾ ਐਲਾਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰਾਂ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਕੀਤਾ ਚੰਡੀਗੜ੍ਹ ਦੇ ਵਿੱਚ ਮੋਰਚੇ ਦੀ ਅਗਵਾਈ ਕਰਨ ਵਾਲੇ ਲੀਡਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਸੱਦੀ ਗਈ ਕਿਸਾਨ ਭਵਨ ਦੇ ਵਿੱਚ ਕਰੀ ਕਰਵਾਈ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਲੀਡਰਾਂ ਨੇ ਐਲਾਨ ਕੀਤਾ ਕਿ ਸ਼ੰਭੂ ਰੇਲਵੇ ਟਰੈਕ ਤੇ ਲਾਇਆ ਧਰਨਾ ਖਤਮ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਸੋਮਵਾਰ ਸ਼ਾਮ ਨੂੰ ਚੱਕ ਦਿੱਤਾ ਗਿਆ ਰੇਲਵੇ ਟਰੈਕ ਖਾਲੀ ਕਰ ਦਿੱਤਾ ਗਿਆ ਇਸ ਦਾ ਐਲਾਨ ਕਿਸਾਨ ਲੀਡਰ surjit singh phool ਤੇ ਹੋਰਨਾਂ ਲੀਡਰਾਂ ਨੇ ਕੀਤਾ ਜਿਹੜਾ ਟ੍ਰੇਨ ਰੋਕੀ ਸੀ ਉਹ ਜਿਹੜੇ ਤਿੰਨ ਸਾਡੇ ਕਿਸਾਨ ਆਗੂ ਉਹਨਾਂ ਨੇ 307 ਦੇ ਕੇਸ ਚ ਝੂਠੇ ਕੇਸ ਬਸਾਏ ਹੋਏ ਆ ਉਹਨਾਂ ਦੀ ਰਿਹਾਈ ਦੀ ਖਾਤਰ ਟ੍ਰੇਨ ਰੋਕੀ ਸੀ ਉਹਨਾਂ ਦੀ ਰਿਹਾਈ ਦਾ ਮੁੱਦਾ ਅਸੀਂ ਕੋਈ ਛੱਡਿਆ ਨਹੀਂ ਉਹਨਾਂ ਦੀ ਰਿਹਾਈ ਕਰਾਉਣ ਦੀ ਖਾਤਰ ਅਸੀਂ ਸੰਘਰਸ਼ ਜਿਉਂਦੀ ਤਰ੍ਹਾਂ ਕਰਦੇ ਰਹਾਂਗੇ ਜਿਹੜਾ ਆਉਣ ਵਾਲੇ ਆਹ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਸੈਨ ਸਮਝ ਲਓ ਵੀ ਅਸੀਂ ਉਹਦਾ ਮੁੱਦਾ ਨਹੀਂ ਛੱਡਿਆ ਜਿਹੜਾ ਭੋੜ ਦੀ ਸ਼ਕਲ ਹੈ ਟ੍ਰੇਨ ਦੀ ਬਜਾਏ ਵੀ ਜਿਹੜਾ ਭਾਜੀਪੀ ਦੇ ਲੀਡਰਾਂ ਦੇ ਵਿਰੋਧ ਰਾਹੀਂ ਅਸੀਂ ਹਰਿਆਣਾ ਦੇ ਵਿੱਚ ਵੀ ਦੂਜੀਆਂ ਸਟੇਟਾਂ ਦੇ ਵਿੱਚ ਉਹਨਾਂ ਦੀ ਰਿਹਾਈ ਦੀ ਖਾਤਰ ਲੜਦੇ ਰਹਾਂਗੇ ਹਾਲਾਂਕਿ ਕਿਸਾਨ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਹੁਣ ਭਾਜਪਾ ਲੀਡਰਾਂ ਦੇ ਘਰਾਂ ਦੇ ਮੂਹਰੇ ਦਰਨੇ ਦਿੱਤੇ ਜਾਣਗੇ ਪੰਜਾਬ ਆ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣ ਦੇ ਲਈ ਕਿਸਾਨ ਕਾਫਲਿਆਂ ਦੇ ਰੂਪ ਦੇ ਵਿੱਚ ਜਾਣਗੇ ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪੰਜਾਬ ਰੈਲੀਆਂ ਐਤਕੀ ਵੀ ਸੌਖੀਆਂ ਨਹੀਂ ਰਹਿਣ ਵਾਲੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਲੀਡਰਾਂ ਦੀਆਂ ਹੋਰ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਸਾਨ ਹੁਣ ਭਾਜਪਾ ਦੇ ਲੀਡਰਾਂ ਦੇ ਘਰਾਂ ਦੇ ਬਾਹਰ ਪੱਕਾ ਮੋਰਚਾ ਲਾਉਣ ਦੀ ਤਿਆਰੀ ਦੇ ਵਿੱਚ ਨੇ ਹਾਲਾਂਕਿ ਮੋਰਚੇ ਕਦੋਂ ਲੱਗਣੇ ਹਨ ਤੇ ਕਿੰਨੇ ਦਿਨ ਇਹ ਲੱਗਣਗੇ ਇਸ ਦਾ ਐਲਾਨ 22 ਮਈ ਨੂੰ ਸ਼ੰਭੂ ਬਾਰਡਰ ਤੇ ਉਦੋਂ ਕੀਤਾ ਜਾਏਗਾ ਜਦੋਂ ਕਿਸਾਨਾਂ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਲੱਗੇ ਧਰਨਿਆਂ ਦੇ ਪੂਰੇ 100 ਦਿਨ ਹੋ ਜਾਣਗੇ ਉਦੋਂ ਇੱਥੇ ਕਿਸਾਨ ਵੱਡੇ ਇਕੱਠ ਕਰ ਰਹੇ ਨੇ ਥੋੜੇ ਦਿਨਾਂ ਦੇ ਵਿੱਚ ਅਸੀਂ ਭਾਜਪੀ ਦੇ ਪੰਜਾਬ ਤੇ ਹਰਿਆਣਾ ਜਾਂ ਸਾਰੇ ਸਟੇਟਾਂ ਦੇ ਵਿੱਚ ਇਹਨਾਂ ਦੇ ਘਰ ਆ ਕੇ ਵੱਡੇ ਇਕੱਠ ਕਰਕੇ ਇਹਨਾਂ ਨੂੰ ਉੱਥੇ ਜਾ ਕੇ ਸਵਾਲ ਵੀ ਪੁੱਛਣੇ ਆ ਇਹਨਾਂ ਨੂੰ ਆਹ ਜਵਾਬ ਜਿਹੜਾ ਇਹਨਾਂ ਨੇ ਸਾਡੇ ਤੇ ਕਰਦਾਰਕੁਸ਼ੀ ਕੀਤੀ ਆ ਜਾਂ ਧਮਕੀ ਦਿੱਤੀ ਆ ਡਿਬਰੂਗੜ੍ਹ ਦਿਖਾਉਣ ਦੀ ਗੱਲ ਕੀਤੀ ਐ ਇਹ ਵੀ ਪੁੱਛਣਾ ਵੀ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ 2 ਤਰੀਕ ਨੂੰ ਅਸੀਂ ਕਰਾਂਗੇ ਅਸੀਂ ਪਹਿਲੇ ਤੁਹਾਡੇ ਘਰ ਆ ਕੇ ਆ ਗਏ ਜਿਹੜਾ ਤੁਸੀਂ ਸਾਨੂੰ ਕੋਈ ਕਰਨਾ ਸਾਨੂੰ ਖਤਮ ਕਰਨਾ ਗੋਲੀਆਂ ਮਾਰਨੀਆਂ ਨੇ ਸਾਨੂੰ ਡਿਬਰੂਗੜ੍ਹ ਦਿਖਾਉਣਾ ਸਾਡੇ ਹੋਰ ਕੋਈ ਸਾਡੇ ਤੇ ਹਮਲਾ ਕਰਨਾ ਕਰ ਲਓ ਪਰ ਅਸੀਂ ਜਿਹੜਾ ਕਿਸਾਨਾਂ ਦੀ ਆਵਾਜ਼ ਐ ਕਿਸਾਨਾਂ ਦੇ ਮੁੱਦੇ ਐ ਉਹ ਠਾਉਂਦੇ ਰਹਾਂਗੇ ਇਹ ਹੁਣ ਕਿਹੜੀ ਤਰੀਕ ਨੂੰ ਉਹਨਾਂ ਦੇ ਘਰ ਆ ਕੇ ਬੈਠਣਾ ਕਿੰਨਾ ਸਮੇਂ ਲਈ ਬੈਠਣਾ ਉਹ ਅਸੀਂ ਅੱਜ ਨਹੀਂ ਉਹਦਾ ਐਲਾਨ ਕਰਾਂਗੇ 22 ਤਰੀਕ ਨੂੰ ਤੁਹਾਨੂੰ ਪਹਿਲੇ ਦੱਸਿਆ ਹੋਇਆ ਵੀ ਮੋਰਚੇ ਦੇ ਸੌਵੇਂ ਦਿਨ ਵੱਡੇ ਚਾਰੇ ਬਾਡਰਾਂ ਤੇ ਪੰਜੇ ਬਾਡਰਾਂ ਤੇ ਸ਼ੰਭੂ ਖਨੌਰੀ ਡੱਬਾਲੀ ਤੇ ਜਿਹੜਾ ਰਤਨਪੁਰਾ ਹੈਗਾ ਉਥੇ ਵੱਡੇ ਇਕੱਠ ਹੋ ਰਹੇ ਐ 10 ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋ ਰਹੇ ਐ ਸੋ ਉਹ ਇਕੱਠਾਂ ਦੇ ਵਿੱਚ ਜਿਹੜਾ 100 ਦਿਨ ਪੂਰੇ ਹੋਣ ਤੇ ਅਸੀਂ ਮੋਰਚੇ ਦਾ ਉਹ ਦਿਨ ਮਨਾ ਰਹੇ ਆ ਉਸ ਦਿਨ ਇਹਦਾ ਐਲਾਨ ਕੀਤਾ ਜਾਊਗਾ ਤਰੀਕ ਦਾ ਐਲਾਨ ਵੀ ਉਸੇ ਦਿਨ ਕੀਤਾ ਜਾਊ ਤੇ ਜਿਹੜਾ ਅਗਲਾ ਜਿਹੜਾ ਹੈਗਾ ਕਿੰਨਾ ਸਮਾਂ ਲਈ ਬੈਠਣਾ ਉਹਦਾ ਉਹਨਾਂ ਦੇ ਬੀਜੇਪੀ ਦੇ ਲੀਡਰਾਂ ਦੇ ਘਰਾਂ ਅੱਗੇ ਉਹਦਾ ਐਲਾਨ ਵੀ 22 ਤਰੀਕ ਨੂੰ ਕੀਤਾ ਜਾਉ ਨਵਾਂ ਸ਼ਹਿਰ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਦੀ ਅਣਗਹਿਲੀ ਦੇ ਕਾਰਨ ਇੱਕ ਹੋਰ ਜਾਨ ਚਲੀ ਗਈ ਹੈ ਤੇ ਇੱਥੇ ਜਾਨ ਕਿਸੇ ਹੋਰ ਦੀ ਨਹੀਂ ਬਲਕਿ ਕਿਸਾਨ ਦੀ ਆਪਣੀ ਹੀ ਗਈ ਹੈ ਘਟਨਾ ਪਿੰਡ ਸੂਂਡ ਮਕਸੂਦਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਕਿਸਾਨ ਨੇ ਆਪਣੇ ਖੇਤ ਵਿੱਚ ਕਣਕ ਦੀ ਨਾੜ ਨੂੰ ਅੱਗ ਲਾਈ ਸੀ ਪਰ ਸ਼ਾਇਦ ਹਵਾ ਚੱਲਣ ਦੀ ਵਜ੍ਹਾ ਕਰਕੇ ਉਸ ਦੇ ਖੇਤ ਵਿੱਚੋਂ ਅੱਗ ਗੁਆਂਢੀ ਕਿਸਾਨ ਦੇ ਖੇਤ ਵਿੱਚ ਜਦੋਂ ਖੇਤ ਨੂੰ ਵਧਣ ਲੱਗੀ ਤਾਂ ਉਹ ਕਿਸਾਨ ਕਬਰ ਆ ਗਿਆ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਚਾਰ ਚਫੇਰਿਓਂ ਅੱਗ ਦੀਆਂ ਲਪਟਾਂ ਦੇ ਵਿੱਚ ਘਿਰ ਗਿਆ ਬੁਰੀ ਤਰ੍ਹਾਂ ਦੇ ਨਾਲ ਝੁੱਲਸ ਗਿਆ ਇਲਾਜ ਲਈ ਪੀਜੀਆਈ ਚੰਡੀਗੜ੍ਹ ਵੀ ਭੇਜਿਆ ਗਿਆ ਪਰ ਗਹਿਰੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਕਿਸਾਨ ਆਖਿਰਕਾਰ ਦਮ ਤੋੜ ਗਿਆ ਪਿੰਡ ਵਾਸੀਆਂ ਤੇ ਪਤਵੰਤੇ ਸੱਜਣਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਨ ਗਵਾਉਣ ਵਾਲੇ ਕਿਸਾਨ ਦੇ ਗਰੀਬ ਪਰਿਵਾਰ ਨੂੰ ਯੋਗ ਮੁਆਵza ਦਿੱਤਾ ਜਾਵੇ ਪਿਛਲੇ ਹਫਤੇ ਵੀ ਦੋ ਮੋਟਰਸਾਈਕਲ ਸਵਾਰਾਂ ਦੀ ਜਾਨ ਖੇਤ ਵਿੱਚ ਨਾੜ ਨੂੰ ਲੱਗੀ ਅੱਗ ਦੀ ਵਜ੍ਹਾ ਕਰਕੇ ਚਲੀ ਗਈ ਸੀ ਤਰਨਤਾਰਨ ਦੇ ਵਿੱਚ ਵੀ ਇੱਕ ਟਰੱਕ ਨੂੰ ਇਸੇ ਅੱਗ ਦੀ ਵਜ੍ਹਾ ਕਰਕੇ ਕੇ ਜਿਹੜਾ ਹੈਗਾ ਅੱਗ ਲੱਗ ਗਈ ਸੀ ਤੇ ਟਰੱਕ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ ਸੀ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਸ਼ਾਮ ਨੂੰ ਫੇਰ ਮਿਲਾਂਗੇ ਧੰਨਵਾਦ